خواب آسمان الفردی آسمان الفردی نی تیری میری ایک جندری خواباں وچ نت ملدی تیری میری ایک جندری خواباں وچ نت ملدی کالا کوٹ سوایا جے کالا کوٹ سوایا جے وہ سڑ کے میں مر جاں سڑ کے میں مر جاں ناواں ڈور لوایا جے سڑ کے میں مر جاں ناواں ڈور لوایا جے چھپڑی وچ امب تردا چھپڑی وچ امب تردا اس جدائی نالوں اس جدائی نالوں رب پیدا ہی نہ کردا رب پیدا ہی نہ کردا رب پیدا ہی نہ کردا ہنے ہنے جویں کوئی زیارت تو مڑیا ہوئے ہنے ہنے جویں کوئی 70 سال دے سپنے نو سچ کر کے پرتیا ہوئے ہنے ہنے جویں کوئی گواچی مٹی دی خوشبو لے کے مڑیا ہوئے جدوں میں پہلی بار انہاں نوں اتفاقاً ملیا سی وہ اچنچت ملاقات انہاں لئی سرحداں دے راہ کھول دے گی مینوں نہیں سی پتا پر سپنیاں نوں بور ادوں پیا ਜਦੋਂ ਸਰਦਾਰ ਕਸ਼ਮੀਰਾ ਸਿੰਘ ਦੀ ਫੈਮਿਲੀ ਨੇ ਹੁੰਦਲ ਪਿੰਡ ਸਿਆਲਕੋਟ ਤੋਂ ਇਹਨਾਂ ਨੂੰ ਆਪਣੇ ਪਿੰਡ ਸੱਦਣ ਲਈ ਕੋਸ਼ਿਸ਼ ਸ਼ੁਰੂ ਕੀਤੀ ਔਰ ਉਹ ਕੋਸ਼ਿਸ਼ ਸਫਲ ਹੋਈ ਕੁਝ ਦਿਨ ਪਹਿਲਾਂ ਹੀ ਇਹ ਲਹਿੰਦੇ ਪੰਜਾਬ ਤੋਂ ਪਰਤ ਕੇ ਆਏ ਨੇ ਅੱਜ ਇਹਨਾਂ ਨਾਲ ਮੁਲਾਕਾਤ ਦਾ ਮਕਸਦ ਇਹ ਹੈ ਕਿ ਜੋ ਇਹਨਾਂ ਨੇ ਮਹਿਸੂਸ ਕੀਤਾ ਜੋ ਇਹਨਾਂ ਦੇ ਅਹਿਸਾਸ ਸੀਗੇ ਉੱਥੇ ਬਰਿਆਂ ਬਾਅਦ ਗੁਆਚੀ ਧਰਤੀ ਇਹਨਾਂ ਨੂੰ ਕਿਸ ਤਰ੍ਹਾਂ ਦੀ ਲੱਗੀ ਕਿੰਨੇ ਚਿਹਰੇ ਮਨਫੀ ਹੋ ਗਏ ਕਿੰਨੇ ਚਿਹਰੇ ਨਵੇਂ ਉੱਗ ਗਏ ਉਹ ਸਕੂਲ ਉਹ ਲੋਕ ਉਹ ਧਰਤੀਆਂ ਨੇ ਕਿੰਨੇ ਕੁ ਆਪਣੇ ਨਕਸ਼ ਬਦਲੇ ਇਹ ਸਾਰੀ ਗੱਲਬਾਤ ਇਹਨਾਂ ਨਾਲ ਕਰਾਂਗੇ ਜੀ ਅਸੀਂ ਬੈਠੇ ਹਾਂ ਪਿੰਡ ਕੋਗਰਾ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ 'ਚ ਸਰਦਾਰ ਕਸ਼ਮੀਰਾ ਸਿੰਘ ਹੁੰਦਲ ਜੀ ਕੋਲ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਵਧਾਈਆਂ ਜੀ ਤੁਹਾਨੂੰ ਬਹੁਤ ਮਿਹਰਬਾਨੀ ਰਾਮੀ ਸਾਹਿਬ ਤੁਹਾਨੂੰ ਵੀ ਵਧਾਈਆਂ ਇਹ ਸੁਪਨੇ ਮੇਰੇ ਸਾਕਾਰ ਜਿਹੜੇ ਹੋਏ ਨਾ ਇਟ ਇਜ਼ ਡਿਊ ਟੂ ਯੋਰ ਐਫਰਟਸ ਐਂਡ ਯੋਰ ਕੋਪਰੇਸ਼ਨ ਅਤੇ ਮੈਂ ਜੋ ਪਾਕਿਸਤਾਨ ਦੀ ਧਰਤੀ 'ਚ ਪੈਰ ਰੱਖਿਆ ਮੈਂ ਧਰਤੀ ਨੂੰ ਸਜਦਾ ਕੀਤਾ ਮੈਂ ਸੋਚਿਆ ਕਿ ਇੱਥੇ ਗੁਰੂ ਬਾਬਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਥੇ ਖੇਡੇ ਇੱਥੇ ਉਹਨਾਂ ਅਵਤਾਰ ਧਾਰਿਆ ਇੱਥੇ ਮੱਝਾਂ ਚਾਰੀਆਂ ਜ਼ਿੰਦਗੀ ਦਾ ਬਿਹਤਰ ਹਿੱਸਾ ਉਹਨਾਂ ਨੇ ਇਸ ਧਰਤੀ 'ਤੇ ਗੁਜ਼ਾਰਿਆ ਇਸ ਕਰਕੇ ਮੈਂ ਧਰਤੀ ਨੂੰ ਸਜਦਾ ਕੀਤਾ ਜਿਹੜੇ ਰੇਂਜਰ ਸੀਗੇ ਪਾਕਿਸਤਾਨ ਦੇ ਮੈਨੂੰ ਪੁੱਛਣਗੇ ਬਾਬਾ ਜੀ ਤੁਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹੋ ਮੈਂ ਕਿਹਾ ਖੁਸ਼ੀ ਹੋਏ ਵੀ ਕਿਉਂ ਨਾ ਅੱਜ ਮੈਂ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਦੇ ਦਾਖਲ ਹੋ ਰਿਹਾ ਔਰ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਮੈਂ ਜਦੋਂ ਇਹ ਸਾਰੀ ਪ੍ਰੋਸੈਸ ਜਿਹੜੀ ਹੈ ਸਕਰੀਨਿੰਗ ਵਗੈਰਾ ਹੋਈ ਜਦੋਂ ਮੈਂ ਪੜ੍ਹਾਂ ਗਿਆ ਤਾਂ ਮੈਂ ਕਿਸੇ ਨੂੰ ਕਹਿੰਦਾ ਕਿ ਸਾਡੇ ਬੰਦੇ ਆਉਣਾ ਸੀ ਯਾਰ ਫਾਣੇ ਪਿੰਡੋਂ ਐਸ ਐਸ ਨਾਂ ਦੇ ਬੰਦੇ ਅਤੇ ਯਾਰ ਉਹਨਾਂ ਨੂੰ ਫੋਨ ਕਰੀਏ ਇਹਦਾ ਮੇਨ ਟਾਈਮ ਮਗਰੋਂ ਆ ਕੇ ਮੈਨੂੰ ਇੱਧਰੋਂ ਚੋਂ ਬੰਦਿਆਂ ਜੱਫਾ ਪਾ ਲਿਆ ਬਾਬਾ ਜੀ ਤੁਹਾਨੂੰ ਦੇਖਣ ਡੇ ਇਟ ਵਾਜ਼ ਵੈਰੀ ਇਮੋਸ਼ਨਲ ਮੂਮੈਂਟ ਆਫ ਮਾਈ ਲਾਈਫ 3-4 ਕਾਰਾਂ ਸੀਗੀਆਂ ਜੀ ਅਤੇ ਲੇਡਨ ਵਿਦ ਫਲਾਵਰਸ ਬੜੀ ਸਜਾਵਟ ਕੀਤੀ ਕਾਰਾਂ ਨੇ ਔਰ ਮੇਰਾ ਭਤੀਜਾ ਜਿਹੜੇ ਕਿ ਮੁਹੰਮਦ ਸਬਰ ਨੇ ਉਹਨਾਂ ਦੀ ਵਾਈ ਇੱਥੇ ਸਾਰੀਆਂ ਕਾਰਾਂ ਇਹ ਲੈ ਕੇ ਅਸੀਂ ਬਿਲਕੁਲ ਜਦੋਂ ਮਰੀਜ਼ ਕੇ ਗਏ ਹਾਂ ਤਾਂ ਕਹਿੰਦੇ ਨੇ ਭਾਈ ਖਾਣਾ ਖਾ ਲਈਏ ਉੱਥੇ ਰੁਕੇ ਹਾਂ ਤੁਹਾਨੂੰ ਪਤਾ ਵੀ
ਉਹਨਾਂ ਦੀ ਖੁਰਾਕ ਜਿਹੜੀ ਆ ਉਹ ਮੀਟ ਜ਼ਰੂਰ ਇੱਕ ਡਾਇਟ 'ਚ ਉਹ ਸ਼ਾਮਿਲ ਕਰਦੇ ਨੇ, ਉਹਨਾਂ ਪਾਣੀ ਕਿ ਬਾਬਾ ਜੀ ਵੀ ਖਾਂਦੇ ਨੇ। ਮੈਂ ਕਹਿੰਦਾ ਬੇਟਾ ਮੈਂ ਵੈਜੀਟੇਰੀਅਨ ਹੈਗਾ ਅਤੇ ਮੇਰੇ ਵਾਸਤੇ ਦਾਲ ਤੜਕੀ ਲਿਆਓ। ਦੈਟ ਵਾਜ ਮਾਰਵਲਸ ਸੀਨੀਅਰ ਸੀ ਸਰਵਿਸ ਸੀ। ਅਸੀਂ ਪਹਿਲੂ ਜਾਣਾ ਸੀ ਲੋਕਲ ਪੁਲਿਸ ਸਟੇਸ਼ਨ, ਸਦਰ ਪੁਲਿਸ ਸਟੇਸ਼ਨ ਸਿਆਲਕੋਟ ਜਾਣਾ ਸੀ, ਕਿਉਂਕਿ ਪੁਲਿਸ ਉੱਥੇ ਐਂਟਰੀ ਆਪਣੀ ਦੱਸੀ ਵੀ ਅਸੀਂ ਪਹੁੰਚ ਗਏ। ਸਾਡੇ ਬੰਦੇ ਫਿਰ ਅਸੀਂ ਕਹਿੰਦੇ ਥਾਣੇ ਕੀ ਜਾਣਾ, ਅਸੀਂ ਐਸ ਪੀ ਦਫ਼ਤਰ ਜਾਣੇ ਹਾਂ, ਕਿਉਂਕਿ ਉਹਨਾਂ ਬੰਦਿਆਂ ਦਾ ਬੜਾ ਇਨਫਲੂਐਂਸ ਹੈਗਾ, ਬੜੇ ਇਨਫਲੂਐਂਸ਼ਲ ਉਹ ਫੈਮਿਲੀ ਹੈਗੀ। ਐਸ ਪੀ ਦਫ਼ਤਰ ਗਏ, ਜਾਂਦਾ ਬੈਠੇ ਸੀ ਉੱਥੇ, ਉੱਥੋਂ ਦੇ ਮੁਲਾਜ਼ਮ ਦੱਸਿਆ ਗਿਆ, ਪਾਸਪੋਰਟ ਮੇਰਾ ਦੇਖਿਆ ਉਹਨਾਂ, ਅਤੇ ਕਹਿਣ ਲੱਗੇ ਜੀ ਸਾਡੇ ਦਾਦਾ ਜੀ ਆਏ ਨੇ ਅਤੇ ਇਹਨਾਂ ਨੂੰ ਅਸੀਂ ਤੁਹਾਨੂੰ ਰਿਪੋਰਟ ਕਰਨਾ ਹੈ। ਉਹ ਵੀ ਕਹਿਣ ਲੱਗਾ ਵੀ ਦੇਖੋ ਦਾਦਾ ਜੀ ਤੁਹਾਡੇ ਦੀ ਉਮਰ ਹੈਗੀ ਹੈ ਅਬਾਊਟ 86, ਇਹ ਜਿੱਥੇ ਮਰਜ਼ੀ ਫਿਰਨ, ਕੋਈ ਪ੍ਰੋਬਲਮ ਹੋਏ ਸਾਡਾ ਨੰਬਰ ਦਾ ਲੈ ਲਓ ਅਤੇ ਇਹਨਾਂ ਨੂੰ ਕੋਈ ਰਿਕਾਰਡ ਨਹੀਂ। ਘਰ ਦੇ ਅੱਗੇ ਢੋਲ ਵੱਜ ਰਿਹਾ ਸੀ, ਲੋਕ ਇਕੱਠੇ ਹੋਏ ਭੰਗੜਾ ਪਾਉਣ ਡਏ ਸੀ, ਲੋਕ ਰੁਪਏ ਵਾਰ ਵਾਰ ਕੇ ਮੇਰੇ ਉੱਪਰ ਦੇਈ ਜਾਂਦੇ ਸੀ। ਚਲੋ ਜੀ ਉਹ ਫਿਰ ਲੋਕਾਂ ਦਾ ਤਾਂਤਾ ਲੱਗ ਗਿਆ ਭੰਗੜਿਆ ਜਦੋਂ ਗਏ, ਅਤੇ ਰਾਤ ਦੇ ਤਕਰੀਬਨ 12 ਵਜੇ ਤੱਕ ਜੀ ਆਉਣ ਜਾਣ ਵਾਲੇ ਮਿਲਣ ਵਾਲੇ ਜਿਹੜੇ ਆਉਂਦੇ ਰਹੇ। ਉਸ ਤੋਂ ਬਾਅਦ ਫਿਰ ਜਿਹੜੇ ਮੇਰੀ ਉਮਰ ਦੇ ਬੰਦੇ ਸੀ, ਇੱਕ ਉੱਥੇ ਮੇਰ ਮੋਚੀ, ਉਹਨੂੰ ਹਾਜੀ ਕਹਿੰਦੇ, ਹੱਜ ਕਰਕੇ ਆਇਆ, ਉਹ ਮਿਲਿਆ ਬਾਊ ਮੋਚੀ ਦਾ ਮੁੰਡਾ, ਉਹਨੇ ਮੈਨੂੰ ਪਛਾਣ ਲਿਆ। ਕਹਿੰਦਾ ਤੈਨੂੰ ਪਤਾ ਮੈਂ ਛੋਟਾ ਦਾ ਹਾਂ, ਅਤੇ ਤੋਂ ਛੋਟਾ ਮੈਨੂੰ ਕੁੱਟਣਾ ਹੁੰਦਾ ਬੜਾ ਸੀ, ਅਸੀਂ ਖੇਡ ਲੈਂਦੇ ਸਾਂ ਇਕੱਠੇ। ਫਿਰ ਮੈਨੂੰ ਸੀਨ ਉਹ ਯਾਦ ਆ ਗਿਆ ਅਤੇ ਬੜਾ ਚਿਰ ਗੱਲਾਂ, ਰਾਤ ਦੇ ਤਕਰੀਬਨ 12:30 ਵੱਜ ਗਏ। ਅਗਲੇ ਦਿਨ ਫਿਰ ਚਦਰਾਂ 'ਚ ਆਉਣੀਆਂ ਸੀਗੀਆਂ, ਪੀਰ ਬਾਬੇ ਮਲਵਾਨ ਸ਼ਾਹ ਦੀ ਚਦਰ ਖੜੀ ਸੀ, ਉਹ ਚਦਰਾਂ 'ਚ ਆਉਣ ਵਾਸਤੇ ਆਪਣੇ ਦਾਦੇ ਚੌਧਰੀ ਮਹਿਤਾਬ ਸਿੰਘ ਦੇ ਚੌਧਰੀ ਮੰਮੀ ਸ਼ਫੀ ਸਾਡੇ ਚਾਚਾ ਜੀ ਲੰਬੜਦਾਰ, ਜਿਨ੍ਹਾਂ ਨੂੰ ਸਾਡੀ ਪੱਟੀ ਦੀ ਲੰਬੜਦਾਰੀ ਮਿਲੀ ਸੀ, ਅਤੇ ਚਾਦਾਂ 'ਚ ਆਉਣ ਜਾਣਾ ਸੀ। ਅਤੇ ਮੇਰੇ ਖਿਆਲ ਜਿਹੜੀ ਕਰਾਊਡ ਸੀ, ਇਟ ਵਾਜ਼ ਇਨ ਥਾਊਜ਼ੈਂਡਸ, ਸਾਰੇ ਹੁੰਦਾਂ ਦੀ ਤਕਰੀਬਨ ਮੇਰੇ ਖਿਆਲ 25-30 ਹਜ਼ਾਰ ਆਬਾਦੀ ਹੋਣੀ, ਸਾਰੇ ਨਿੱਕੇ ਵੱਡੇ ਸਾਡੇ ਨਾਲ ਗਏ। ਪੀਰ ਬਾਬੇ ਦੀ ਅਸੀਂ ਚਾਦਰ ਚੜਾਈ, ਦਾਦਾ ਜੀ ਸਾਡੇ ਚੌਧਰੀ ਮਹਿਤਾਬ ਸਿੰਘ ਨੂਲੀ ਕਬਰ 'ਤੇ ਗਏ, ਉੱਥੇ ਚਾਦਰ ਚੜਾਈ, ਨਾਲ ਹੀ ਚੌਧਰੀ ਸ਼ਫੀ ਮੁਹੰਮਦ ਸਾਡੇ ਚਾਚਾ ਜੀ ਲੰਬੜਦਾਰ, ਉਹਨਾਂ ਦੀ ਕਬਰ 'ਤੇ ਚਾਦਰ ਚੜਾਈ। ਐਂਡ ਆਈ ਟੈਲ ਯੂ ਇਟ ਵਾਜ਼ ਸੋ ਇਮੋਸ਼ਨਲ, ਸਮ ਪੀਪਲ ਵਰ ਵੀਪਿੰਗ ਲਿਟਰਲੀ, ਐਂਡ ਆਈ ਆਲਸੋ ਵੈਟ। ਦਾਦਾ ਜੀ ਦਾ ਮੈਨੂੰ ਟਾਈਮ ਯਾਦ ਆ ਗਿਆ ਕਿ ਉਹਨਾਂ ਨੇ ਜੇ ਰੋਟੀ ਦੀ ਬੁਰਕੀ ਭਰੀ ਹੈ ਤਾਂ ਆਪਣੇ ਪੋਤੇ ਸ਼ਰੀਫ ਦੇ ਬਾਅਦ ਮੂੰਹ 'ਚ ਪਾਣੀ ਮੇਰੇ ਪੈਰ ਨੂੰ ਪਾਈ। ਸਾਡੀ ਚਾਚੀ ਨੇ ਕਹਿਣਾ ਕਿ ਦਾਦਾ ਜੀ ਬਹੁਤ ਰੋਟੀਆਂ ਨੇ, ਤੁਸੀਂ ਆਪ ਖਾਓ। ਨੇ ਕਹਿੰਦੇ ਜਿੰਨਾ ਚਿਰ ਮੈਂ ਮੂੰਹ 'ਚ ਨਾ ਪਾਵਾਂ ਮੈਨੂੰ ਸਬਰ ਨਹੀਂ ਆਉਂਦਾ। ਉੱਥੋਂ ਜੀ ਫਿਰ ਵਾਪਸ ਆਏ ਹਾਂ, ਲੋਕਾਂ ਦਾ ਫਿਰ ਆਵਾਜਾਈ ਜੋ ਸ਼ੁਰੂ ਹੋਈ, ਸੇਮ ਕਰਾਊਡ ਜਿਹੜੀ ਉਹ ਵਾਪਸ ਆਈ ਹੈ ਸਾਡੀ ਫੈਮਿਲੀ ਦੇ ਘਰ ਤੱਕ। ਫਿਰ ਇੱਦਾਂ ਮੈਂ ਤਾਂ ਧਾਮੀ ਸਾਹਿਬ ਇਹ ਦੱਸਦਾ ਕਿ ਜਿਹੜੇ ਬੱਚੇ ਛੋਟੇ ਛੋਟੇ ਨਾ ਹੁੰਦਾ ਨਹੀਂ ਗੱਲਾਂ, ਹੁੰਦਾ ਆਲਮੋਸਟ ਸ਼ਹਿਰ ਦੇ ਵਿੱਚ ਹੀ ਮਿਲ ਗਿਆ, ਜਿਵੇਂ ਸ਼ਹਿਰ ਦੇ ਵਿੱਚ ਕਿੱਸਾ ਹੁੰਦਾ ਹੁੰਦਾ ਵਿੱਚ ਹੀ ਮਿਲ ਗਏ ਨੇ। ਅਤੇ ਛੋਟੇ ਛੋਟੇ ਬੱਚੇ ਗਲੀਆਂ ਵਿੱਚ ਉਹਨਾਂ ਆ ਕੇ ਮੈਨੂੰ ਜੱਫੀ ਪਾਣੀ, ਹੈਂਡ ਆਪਣਾ ਹੈਂਡ ਸ਼ੇਕ ਕਰਨਾ, ਸਲਾਮਾਂ ਵੇਲ ਕਹਿਣਾ। ਛੋਟੀ ਛੋਟੀਆਂ ਬੱਚੀਆਂ ਨੇ ਮੈਂ ਉਹਨਾਂ ਤਿੰਨਾਂ 'ਚ ਉਹਦਾ ਕਲਾਵਾ ਭਰ ਕੇ ਦੇ, ਮੈਂ ਕਹਿਣਾ ਵੀ ਮੈਨੂੰ ਬਹੁਤ ਖੁਸ਼ੀ ਹੋਈ ਹੈ। ਇਟ ਵਾਜ਼ ਸੋ ਫੈਂਟਾਸਟਿਕ ਕਿ ਮੈਂ ਬਿਆਨ ਨਹੀਂ ਕਰ ਸਕਦਾ। ਤੁਹਾਡੀ ਇਹ ਜੋ ਵੀ ਹੁੰਦਲ ਸਾਹਿਬ ਨੇ ਲਹਿੰਦੇ ਪੰਜਾਬ ਆਪਣੇ ਪਿੰਡ ਨੂੰ ਟੰਡਾਲ ਦੇ ਪਿੰਡਾਂ ਦੇ ਵਿੱਚ ਜੋ ਕੁਛ ਵੀ ਵੇਖਿਆ ਉਹਦੇ ਵਿੱਚੋਂ ਬਹੁਤਾ ਕੁਛ ਖਾਦਮ ਹੁਸੈਨ ਹੋਣੀ ਆਪਣੇ ਚੈਨਲ ਸਾਂਝਾ ਪੰਜਾਬ ਦੇ ਉੱਤੇ ਚਾੜ੍ਹਦੇ ਰਹੇ, ਅਸੀਂ ਦੇਖਦੇ ਰਹੇ ਹਾਂ। ਸਭ ਤੋਂ ਵੱਡੀ ਗੱਲ ਜਿਹੜੀ ਮੈਂ ਮਹਿਸੂਸ ਕੀਤੀ ਆ ਕਿ ਹੁੰਦਲ ਸਾਹਿਬ ਇੱਕ ਪ੍ਰਤੀਨਿਧ ਰੀਪ੍ਰਜੈਂਟੇਟਿਵ ਗਏ, ਉੱਥੇ ਦੇ ਲੋਕਾਂ ਨੂੰ ਜਾਂ ਪੂਰੇ ਦੁਨੀਆ ਨੂੰ ਇਹਨਾਂ ਨੇ ਦੱਸ ਦਿੱਤਾ ਪੰਜਾਬੀ ਜਗਤ ਨੂੰ ਕਿ ਇੱਕ ਪੰਜਾਬੀ ਕਿੰਨਾ ਇੰਟੈਲੀਜੈਂਟ ਹੋ ਸਕਦਾ, ਉਹ ਕਿੰਨਾ ਸੈਕੂਲਰ ਹੋ ਸਕਦਾ। ਇਹ ਕੁਰਾਨ ਦੀਆਂ ਆਇਤਾਂ ਵੀ ਪੜ੍ਹੀ ਜਾਂਦੇ ਸੀ, ਗੁਰਬਾਣੀ ਦੇ ਸਲੋਕ ਵੀ ਇਹਨਾਂ ਨੂੰ ਯਾਦ ਸੀਗੇ। ਇੱਕ ਸੱਚਾ ਸੁੱਚਾ ਪੰਜਾਬੀ ਮਹਿਸੂਸ ਹੋ ਰਿਹਾ ਸੀ ਕਿ ਉਹ ਆਪਣੀ ਧਰਤੀ 'ਤੇ ਵਿਚਰ ਰਿਹਾ। ਹੁੰਦਲ ਸਾਹਿਬ ਹੁਣ ਵੀ ਬਹੁਤ ਵਧੀਆ ਗੱਲਾਂ ਕਰ ਰਹੇ ਆ, ਪਹਿਲਾਂ ਵੀ ਵਧੀਆ ਗੱਲਾਂ ਕਰ ਰਿਹਾ ਸੀ, ਲੇਕਿਨ ਆਪਣੀ ਧਰਤੀ 'ਤੇ ਜਾ ਕੇ ਇਹਨਾਂ ਦੇ ਅੰਦਰੋਂ ਜੋ ਮੁਹੱਬਤ ਦੇ ਫੁਆਰੇ ਫੁੱਟੇ ਉਹਦੇ ਦਰਸ਼ਨ ਅਸੀਂ ਪਹਿਲਾਂ ਨਹੀਂ ਕੀਤੇ। ਅਤੇ ਮੈਂ ਇਹਨਾਂ ਨੂੰ ਪੁੱਛਣਾ ਇਹ ਚਾਹੁੰਦਾ ਕਿ ਜੋ 70 ਸਾਲ ਇਹਨਾਂ ਦੇ ਖਿਆਲਾਂ 'ਚ, ਇਹਨਾਂ ਦੇ ਸੁਪਨਿਆਂ ਦੇ ਵਿੱਚ ਜਿਹੜੀ ਧਰਤੀ ਆਉਂਦੀ ਰਹੀ, ਜਿਹੜਾ ਘਰ, ਜਿਹੜਾ ਪਿੰਡ, ਜਿਹੜੇ ਚਿਹਰੇ ਆਉਂਦੇ ਰਹੇ, ਉਹਨਾਂ 'ਚੋਂ ਕਿਸੇ ਦੇ ਦਰਸ਼ਨ ਹੋਏ ਕਿ ਨਹੀਂ, ਕੁਛ ਪਿੰਡ ਇਹਨਾਂ ਨੇ ਪਛਾਣਿਆ ਕਿ ਨਹੀਂ, ਕੁਝ ਲੱਗਿਆ ਆਪਣਾ ਆਪਣਾ ਜੀ? ਬਿਲਕੁਲ ਜੀ, ਜਦੋਂ ਮੈਂ ਗਿਆ ਜਦੋਂ ਪਹਿਲਾਂ ਸੀ ਨਾ ਪਿੰਡ, ਤਾਂ ਉਹਦੇ ਤਕਰੀਬਨ ਮੋਸਟਲੀ ਕੋਈ ਕਿਤੇ ਮਕਾਨ ਹੋਣਾ ਨਹੀਂ, ਜੇ ਸਾਰੇ ਮਕਾਨ ਜਿਹੜੇ ਨੇ ਹੁਣ ਉਹ ਪੁਰਾਣੇ ਮਕਾਨ ਕਿਤੇ ਨਜ਼ਰ ਨਹੀਂ ਆਉਂਦੇ।
ਸਾਰੇ ਡਬਲ ਸਟੋਰੀ ਮਕਾਨ ਹੈਗੇ ਨੇ, ਉਹ ਬੜੀ ਡੈਂਸ ਪਾਪੂਲੇਸ਼ਨ ਹੈਗੀ ਹੁੰਦਾ ਨਹੀਂ, ਗਲੀਆਂ ਬਾਜ਼ਾਰਾਂ 'ਚ ਤੁਸੀਂ ਇੱਕ ਮੋਟਰਸਾਈਕਲ ਤੋਂ ਇਲਾਵਾ ਦੂਸਰੀ ਗੱਡੀ ਜਾ ਨਹੀਂ ਸਕਦੇ। ਅਤੇ ਮੈਂ ਇਹ ਮਹਿਸੂਸ ਕਰ ਰਿਹਾ ਸਾਂ ਕਿ ਜਿਵੇਂ ਮੈਂ ਸ਼ਾਇਦ ਸੁਪਨਾ ਟੇਂਦੇ, ਜਿਹੜਾ ਉਹਨਾਂ ਲੋਕਾਂ ਨੇ ਬੱਚਿਆਂ ਦਾ ਛੋਟੇ ਛੋਟੇ ਦਾ ਬਾਜ਼ਾਰ 'ਚ ਮੈਨੂੰ ਵੇਵ ਕਰਨਾ, ਮੈਨੂੰ ਆ ਕੇ ਮੇਰੇ ਨਾਲ ਦੁਆ ਸਲਾਮ ਕਰਨੀ, ਅਸਲਾਮ ਅਲੈਕੁਮ ਕਹਿਣਾ, ਇਟ ਵਾਸ ਹੈਲ ਆਫ ਇੰਜੋਏ। ਉਹ ਇੱਦਾਂ ਸੀ ਵੀ ਇਹਨੂੰ ਜ਼ਿਆਦਾ ਹੋਰ ਖੁਸ਼ੀ ਜ਼ਿੰਦਗੀ ਮੈਂ ਮਹਿਸੂਸ ਨਹੀਂ ਕਿਤੇ ਕਰ ਸਕਦਾ। ਫਿਰ ਜੀ ਦੂਸਰੇ ਦਿਨ ਰਾਤ ਨੂੰ ਮੇਰਾ ਜਿਹੜਾ ਪ੍ਰੋਗਰਾਮ ਸੀ, ਡਿਨਰ ਆਉਣੇ ਸ਼ੁਰੂ ਹੋ ਗਏ, ਕੱਲ੍ਹ ਨੂੰ ਸਾਡੇ ਘਰ ਜੀ, ਪਰਸੋਂ ਸਾਡੇ ਘਰ, ਲਾਂਗ ਲਿਸਟ, ਇਹ ਵੀ ਕਿਵੇਂ ਲਾਮ ਲਿਖਸ, ਅਤੇ ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ, ਸਾਡੇ ਭਤੀਜਾ ਸਾਹਿਬ ਚੌਧਰੀ ਸਫਦਰ ਜਿਹੜੇ ਪਟਵਾਰੀ ਹੈਗੇ ਨੇ, ਉਹਨਾਂ ਦਾ ਲੜਕਾ ਡਾਕਟਰ ਜਹਾਂਜ਼ੇਬ, ਉਹ ਜੋ ਕਰਨਗੇ ਜੋ ਪ੍ਰੋਗਰਾਮ ਉਹਨਾਂ ਨੇ, ਉਹਨਾਂ ਬਾਗ ਵੀ ਚੱਲਾਂਗੇ। ਫਿਰ ਡੇਲੀ ਸਾਡਾ ਡਿਨਰ ਤਕਰੀਬਨ ਬਾਹਰ ਹੁੰਦਾ ਸੀਗਾ। ਇੱਕ ਇੱਥੇ ਭੈਣੀ ਪਸਵਾਲ ਆ ਸਾਡੇ ਕੋਲ ਹੈ, ਦਰਿਆ ਬਿਆਸ ਦੇ ਉੱਤੇ, ਇੱਥੋਂ ਦੇ ਰਾਏ ਸਾਹਿਬ ਗਏ ਆ, ਉਹਨਾਂ ਨੂੰ 500 ਏਕੜ ਜ਼ਮੀਨ ਹੁੰਦਾ ਚਲਾਟ ਹੋਈ ਹੈ, ਇਟਸ ਅ ਬਿਗ ਫੈਮਿਲੀ, ਅਤੇ ਬਹੁਤ ਹੀ ਅੱਛੀ ਫੈਮਿਲੀ। ਇੱਕ ਦਿਨ ਉਹਨਾਂ ਨੂੰ ਇਨਵਾਈਟ ਕੀਤਾ, ਆਈ ਥਿੰਕ ਉੱਥੇ ਇੱਕ MLA ਵੀ ਆਇਆ ਸੀ, ਸ਼ਾਇਦ ਇੱਕ MP ਵੀ ਸੀਗਾ, ਅਤੇ ਕਾਫੀ ਜ਼ਿਆਦਾ ਉੱਥੇ ਪਬਲਿਕ ਸੀਗੀ, ਅਤੇ ਉੱਥੇ ਵੀ ਬਹੁਤ ਜ਼ਿਆਦਾ ਉਹਨਾਂ ਨੇ ਕੀਤਾ ਕਿ ਵੀ ਉਹ ਜਦੋਂ ਗੱਲਬਾਤ ਕਰਕੇ ਹਟੇ ਖਾਣਾ ਲੱਗਣ ਤੋਂ ਪਹਿਲਾਂ, ਅਤੇ ਉਹਨਾਂ 10,000 ਰੁਪਈਆ ਪਾਕਿਸਤਾਨੀ ਕਰੰਸੀ ਦਾ ਕੱਢ ਕੇ ਮੈਨੂੰ ਦਿੱਤਾ। ਮੈਂ ਕਿਹਾ ਰਾਏ ਸਾਹਿਬ ਮੈਂ ਆਪਣਾ ਖਰਚਾ ਨਾਲ ਲੈ ਕੇ ਆਇਆ, ਥੈਂਕ ਯੂ ਵੈਰੀ ਮੱਚ ਵੀ ਤੁਸੀਂ ਇਹ ਨਾ ਕਰੋ। ਕਹਿੰਦਾ ਜੇ ਤੁਸੀਂ ਨਾ ਲਓ ਤਾਂ ਆਈ ਵਿਲ ਫੀਲ ਇਨਸਲਟਿਡ, ਕਿ ਜਿਵੇਂ ਹਾਂ, ਕਹਿੰਦਾ ਵੀ ਇਹ ਤੁਹਾਨੂੰ ਲੈਣਾ ਪੈਣਾ, ਸੋ ਆਈ ਐਕਸੈਪਟਿਡ ਇਟ। ਅਤੇ ਉਸ ਤੋਂ ਬਾਅਦ ਫਿਰ ਖਾਣਾ ਜਿਹੜਾ ਤੁਹਾਡਾ ਪਹਿਲਾਂ ਫਰੂਟ ਆਉਣਾ, ਖਾਸ ਤੌਰ 'ਤੇ ਪਾਕਿਸਤਾਨ ਦਾ ਜਿਹੜਾ ਅੰਗੂਰ ਹੈ ਜਿਹੜਾ ਚਮਨ ਵਾਲਾ ਆਉਂਦਾ, ਦੈਟਸ ਵੈਰੀ ਡਿਲੀਸ਼ੀਅਸ, ਲੰਬਾ ਜਿਹਾ ਅੰਗੂਰ ਹੈਗਾ, ਲੰਬਾ ਜਿਹਾ ਬਹੁਤ ਮਿੱਠਾ ਉਦੋਂ ਚਮਨ ਦੇ ਮੇਵੇ। ਲੇਕਿਨ ਮੈਂ ਤੁਹਾਨੂੰ ਦੱਸਾਂ ਜੀ ਵੀ ਸਿੰਧ ਵਿੱਚੋਂ ਦੇਖੋ ਖਰਬੂਜ਼ੇ, ਅੱਜ ਕੱਲ੍ਹ ਖਰਬੂਜ਼ਾ ਸਿੰਧ ਚਾਲੂ ਹੋ ਗਿਆ ਅਡਵਾਣਾ, ਸਿੰਧ ਵਿੱਚੋਂ ਖਰਬੂਜ਼ੇ ਮੰਗਵਾਏ ਗਏ ਮੇਰੇ ਡਿਨਰ 'ਚ ਰੱਖਣ ਵਾਸਤੇ। ਦੱਸੋ ਇੰਨੀ ਜ਼ਿਆਦਾ ਹੋਰ ਕੋਈ ਕੀ ਕੋਈ ਕਰ ਸਕਦਾ ਮੁਹੱਬਤ। ਸਾਹਿਬ ਇੱਕ ਗੱਲ ਜਿਹੜੀ ਮੈਂ ਹੁੰਦਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜਿੰਨੀ ਮੁਹੱਬਤ ਮਿਲੀ ਇਹਦੀ ਤਵੱਕੋ ਸੀ? ਮੈਨੂੰ ਇਹ ਸੀ ਕਿ ਮੇਰੀ ਫੈਮਿਲੀ ਜਿਹੜੀ ਹੈ, ਦੇ ਆਰ ਮਾਈ ਬਲੱਡ, ਉਹਨਾਂ ਦੇ ਮੈਨੂੰ ਪਿਆਰ ਕਰਨਾ ਹੀ ਕਰਨਾ। ਲੇਕਿਨ ਲਾਮ ਦੇ ਪਿੰਡਾਂ ਦੇ ਜਿਹੜਾ ਰੇਡੀਅਸ ਸੀ ਨਾ ਤਕਰੀਬਨ 10-10 ਮੀਲ ਦਾ, ਹੁਣ ਮੈਂ ਪਿੰਡ ਗਿਣਾ ਅਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਚਲਿੰਡਰ, ਨਜੋਤਰ, ਪਡਾਲ, ਚਰਮੋ, ਹੁੰਡਲ, ਲਹਿੰਦਾ, ਲੱਦੜ, ਉੱਥੇ ਵੀ ਮੇਰਾ ਡਿਨਰ ਸੀ, ਗਿੱਲਾਂ ਵਾਲੀ ਡਿਨਰ ਸੀ, ਕਾਲੇ ਵਾਲੀ ਡਿਨਰ ਸੀ। ਆਈ ਟੈਲ ਯੂ ਕਿ ਅੱਛਾ ਜਿੰਨੇ ਚਾਰ ਸਵੇਰੇ ਧਰਮ ਚਾਹਦੇ ਬਾਅਦ ਕੁਹਾੜ ਢੁੱਡੀਆਂ, ਇਹ ਤਿੰਨਾਂ ਢੁੱਡੀਆਂ ਦੇ ਸੱਤੋ ਆਈ। ਈਵਨ ਇੱਕ ਲੜਕੀ ਸਾਡੇ ਸ਼੍ਰੇਣੀ ਇਸਲਾਮਾਬਾਦ 'ਚੋਂ ਮਿਲਣ ਆਈ, ਉਹ ਇੱਕ ਦਿਨ ਇੱਕ ਆਦਮੀ ਜੀ ਸੰਭਲਿਆ ਤੋਂ, ਦੇਖੋ ਉਹ ਜਿਹਨੇ ਦੱਸਿਆ ਨਾ ਕੋਈ ਰਾਏ ਸਾਹਿਬ ਦੀ ਫੈਮਿਲੀ ਸੀ, ਉਹਨਾਂ ਦੇ ਛੋਟੇ ਭਰਾ DSP ਨੇ ਪੰਜਾਬ ਪੁਲਿਸ, ਉਹ ਲੱਗੇ ਨੇ ਮਿਖਲ ਸੰਭਲਿਆਲ ਕੇ ਕਿੱਥੇ ਲੱਗੇ ਸਨ। ਉਹ ਅਗਲੇ ਦਿਨ ਉਹਨਾਂ ਨੂੰ ਵਾਈਸ ਕਰਤਾ, ਫਿਰ ਮੇਰੇ ਵੱਡੇ ਭਾਈ ਨੇ ਕੀਤਾ ਮੈਂ ਵੀ ਕਰਾਂ, ਚਲੋ ਜੀ ਉਹਨਾਂ ਦੀ ਕੋਠੀ 'ਚ ਗਏ, ਉਹਨਾਂ ਨੇ ਮਾਰਾ ਲੈ ਕੇ ਕਈ ਚੀਜ਼ਾਂ ਖਾਣ ਵਾਲੀਆਂ, ਉਹ ਤਾਂ ਜ਼ਿਕਰ ਹੀ ਮੈਂ ਕਰ ਸਕਦਾ। ਉਹ ਜਿਵੇਂ ਇੱਕ ਪੰਜਾਬੀ ਦਾ ਗੀਤ ਆ, ਹੁਣ ਵਿਛੜੇ ਮਹਿਬੂਬ ਨੂੰ ਮੈਂ ਮਿਲਣਾ ਨਹੀਂ ਚਾਹੁੰਦਾ। ਉਮਰਾਂ ਦੇ ਲੰਘਣ ਤੋਂ ਬਾਅਦ ਕਈ ਵਾਰੀ ਬੰਦਾ ਪੁਰਾਣੇ ਸੱਜਣਾ ਮਿੱਤਰਾਂ ਨੂੰ ਇਸ ਕਰਕੇ ਨਹੀਂ ਮਿਲਣਾ ਚਾਹੁੰਦਾ ਕਿ ਉਹਨਾਂ ਦੀ ਬਦਲੀ ਹੋਈ, ਵਿਗੜੀ ਹੋਈ, ਉਜੜੀ ਹੋਈ ਸੂਰਤ ਨੂੰ ਮੈਂ ਝੱਲੂੰਗਾ ਕਿਵੇਂ। ਤੁਹਾਡੇ ਅੰਦਰ ਵੀ ਕੋਈ ਇੱਦਾਂ ਦਾ ਡਰ ਸੀ? ਹਾਂ, ਮੈਨੂੰ ਇਹ ਸੀਗਾ ਕਿ ਉਹ ਪਤਾ ਨਹੀਂ ਉਹਨਾਂ ਦਾ ਕਿਸ ਤਰ੍ਹਾਂ ਦੀ ਸ਼ੇਪ ਹੋਏਗੀ, ਕਿੱਦਾਂ ਦਾ ਕੱਦ ਹੋਏਗਾ, ਜਾਂ ਕੀ ਉਹਨਾਂ ਦੀ ਜਨਰਲ ਆਊਟਲੁੱਕ ਕੀ ਹੋਏਗੀ। ਜਿਵੇਂ ਕਿ ਉੱਥੇ ਮੇਰਾ ਭਰਾ ਹੈਗਾ ਰਫੀਕ, ਉਹਦਾ ਨਾਂ, ਉਦੋਂ ਚੌਧਰੀ ਮੁਹੰਮਦ ਸ਼ਫੀ ਦਾ ਛੋਟਾ ਲੜਕਾ ਸੀ, ਵੱਡਾ ਸੀ ਫਕੀਰ ਸਿੰਘ, ਉਹ ਵੀ ਫਟਾਏ ਸੀਗਾ, ਇਹ ਉਦੋਂ 5 ਸਾਲ ਦਾ ਸੀ। ਅਤੇ ਹੁਣ ਉਹ ਵਿਚਾਰਾ ਨਾ ਕੰਮ ਕਰਦਾ, ਉਮਰ ਦੇ ਲਿਹਾਜ਼ ਨਾਲ ਕੁੱਬਾ ਹੋਇਆ, ਅਤੇ ਉਹ ਜਦੋਂ ਮੈਂ ਉਹਨੂੰ ਦੇਖਿਆ ਨਾ, ਸੇਮ ਜੋ ਬਚਪਨ ਦੀ ਮੁਸਕਰਾਹਟ ਜਿੱਦਾਂ ਉਹਦੇ ਮੂੰਹ 'ਤੇ ਉਹਨੇ ਹੱਸਣਾ, ਅਤੇ ਉਹ ਮੈਂ ਜਦੋਂ ਉਹਨੂੰ ਦੇਖਿਆ, ਮੈਂ ਹਾਂ ਰਫੀਕ ਯਾਰ ਤੂੰ ਤਾਂ ਹੋਈ ਹੈ ਬਿਲਕੁਲ ਜਿਹੜਾ ਤੈਨੂੰ ਛੱਡ ਕੇ ਗਏ ਸੀ। ਅਤੇ ਬਾਕੀ ਗੱਲ ਹੈ ਜੀ, ਕੁਛ ਚਿਰ ਮੈਂ ਇੱਥੋਂ ਜੋ ਗਿਆ ਨਾ, ਅਤੇ ਮੈਂ ਥੋੜ੍ਹਾ ਜਿਹਾ ਕਰ ਰਿਹਾ ਸੀ ਕਿ ਪਤਾ ਨਹੀਂ ਉਹ ਮੈਨੂੰ ਕਿੱਦਾਂ ਪਛਾਣਗੇ, ਹਾਊ ਦੇ ਬਿਹੇਵ, ਕੀ ਹਿਸਾਬ ਕਿਤਾਬ ਹੋਏਗਾ। ਲੇਕਿਨ ਉਹਨਾਂ ਦੇ ਇੱਕਦਮ ਜਿਵੇਂ ਹੁੰਦਾ ਨਾ ਕਿ ਆਪਣੇ ਪਿਆਰ ਦੇ ਬੰਧਨ 'ਚ ਉਹਨਾਂ ਨੂੰ ਬੰਧ ਲਿਆ, ਯਕਦਮ ਮੁਹੱਬਤ ਦਾ ਮੀਂਹ ਬਰਨ ਲੈ ਗਿਆ, ਇੰਨਾ ਪਿਆਰ ਕੀਤਾ। ਪਪਾ ਨੇ ਦੱਸਿਆ ਨਾ ਵੀ
ਐਸ ਪੀ ਦਫ਼ਤਰ ਗਏ, ਉੱਥੇ ਹਾਜ਼ਰ ਰਹੇ, ਉਹਨਾਂ ਢੋਲ ਢਮੱਕਾ ਭੰਗੜੇ ਪਹਿਣ ਲਏ ਸੀ। ਦੂਸਰੇ ਦਿਨ ਫਿਰ ਚੱਦਰਾਂ ਲੜਾਈਆਂ, ਫਿਰ ਤੀਸਰੇ ਦਿਨ ਫਿਰ ਆ ਗਿਆ ਲਿਸਟ, ਅੱਜ ਸਾਡੇ ਘਰ ਦੇ ਨਾਲ, ਸਾਡੇ ਘਰ ਦੇ ਨਾਲ। ਇੱਕ ਉੱਥੇ ਸਾਡਾ ਚਾਚਾ ਹਾਕਮ ਦੀ ਲੜੀਆਂ ਦੇ ਜੱਟਾਂ 'ਚ ਹੋਇਆ ਕਰਦਾ ਸੀ, ਉਹਦਾ ਲੜਕਾ ਉਹਨੂੰ ਹਾਜੀ ਕਹਿੰਦੇ ਨੇ, ਕੋਈ ਨਾਂ ਤਾਂ ਮਨਜ਼ੂਰ ਹੈ, ਜੂੜਾ ਜੋੜਾ ਕਹਿੰਦੇ ਜੂੜਾ ਹਾਜੀ। ਉਹਨੂੰ ਜੀ ਇੰਨੇ ਆ ਜੈਮਲ ਫੱਤਾ ਉਹਨੇ ਸੁਣਾਉਣ ਡਿਆ, ਇਹਨਾਂ ਕਈ ਕੁਛ ਸਾਰਾ ਦਿਨ ਸਾਂਦਿਆ ਰਿਹਾ। ਇੱਕ ਦਿਨ ਨਜੋਤਾਂ ਦੇ ਜੱਟ, ਜਿਹੜਾ ਕਿ ਸਾਡੇ ਪਿੰਡ ਤੋਂ ਅਗਲਾ ਪਿੰਡ ਸੀ ਸਿਆਲਕੋਟ, ਉਹ ਵੀ ਸ਼ਹਿਰ 'ਚ ਮਰਜ ਹੋ ਗਿਆ, ਉੱਥੋਂ ਦੇ ਜੱਟ ਆਇਆ ਜੀ। ਹੁਣ ਅੱਜ ਕੱਲ੍ਹ ਦੇ ਬੱਚੇ ਉੱਥੇ ਵੀ ਜਾਂ ਕੁੜਤਾ ਸਲਵਾਰ ਪਾਉਂਦੇ ਜਾਂ ਜੀਨਾ ਜੂਨਾ ਪਾਉਂਦੇ, ਉਹਨਾਂ ਜੱਟਾਂ ਦੀ ਚਾਦਰੇ ਛੱਡੇ ਡੱਬਾਂ ਵਾਲੇ, ਜੁੱਤੀਆਂ ਨੌਕਰਾਂ 'ਚ ਪਾਈਆਂ, ਵੱਡੀਆਂ ਜਿਹੀਆਂ ਪੱਗਾਂ ਬੰਨੀਆਂ, ਲਾਹੌਰੀ ਕਮੀਜ਼ਾਂ ਪਾਈਆਂ। ਉਹ ਮੈਂ ਕਿਹਾ ਗੱਲ ਸੁਣ, ਆ ਜੇ ਪੰਜਾਬ, ਆ ਜੇ ਪੰਜਾਬ। ਉਹ ਵੀ ਬੜੇ ਖੁਸ਼ ਬੈਠੇ, ਚਾਰ ਪੰਜ ਸਾਂ ਬੜਾ ਚਿਰ ਬੈਠੇ ਗੱਲਾਂ ਕਰਦੇ। ਮੈਂ ਕਿਹਾ ਯਾਰ ਤੁਸੀਂ ਤਾਂ ਅਸਲੀ ਪੰਜਾਬ ਜਿਹੜਾ ਅਸੀਂ ਦੇਖਿਆ ਸੀ ਨਾ, ਉਹ ਤੁਸੀਂ ਬਿਲਕੁਲ ਫਿਰ ਦਿਖਾ ਦਿੱਤਾ। ਬੜੇ ਉਹ ਵੀ ਖੁਸ਼ ਹੋਏ। ਫਿਰ ਉਹ ਡਿਨਰ ਦਾ ਜਿਹੜਾ ਪ੍ਰੋਗਰਾਮ ਸੀ, ਉਹਨੂੰ ਦੱਸਿਆ ਵੀ ਰੋਜ਼ ਹੀ ਕਿਤੇ, ਰੋਜ਼ ਹੀ ਕਿਤੇ। ਇੱਕ ਦਿਨ ਮੇਰਾ ਭਤੀਜਾ ਲੱਗਦਾ ਸੀ ਵੱਡਾ ਨਵਾਜ਼, ਉਹ ਦੂਸਰਾ ਰਿਆਜ਼ ਹੈ ਜੀ, ਲੜਕੀ ਥੋੜ੍ਹਾ ਚਿਰ ਮੇਰੇ ਨਾਲ ਗੱਲ ਕਰਕੇ ਜੀ, ਉਹ ਮੇਰੀ ਪੋਟੀ ਲੱਗਦੀ ਹੈ। ਉਹਦਾ ਨਾਮ ਹੈਗਾ ਜ਼ੁਨੇਹਾ, ਜ਼ੁਨੇਦਾ, ਜ਼ੁਨੇਦਾ ਉਹਦਾ ਨਾਮ ਹੈ। ਮੇਰੇ ਖਿਆਲ ਪਲੱਸ ਟੂ 'ਚ ਬੀ ਏ 'ਚ ਪੜ੍ਹ ਰਹੀ ਹੈ, ਉਹਦੀ ਛੁੱਟੀ ਐੱਮ ਕਾਮ ਕਰਨ ਡਈ ਹੈ। ਅਤੇ ਉਹ ਮੈਨੂੰ ਉਹ ਡੈਡੀ ਜੀ ਕੋਲ ਫੋਨ ਲਾਉਂਦਾ, ਉਹਦੀ ਸ਼ਾਦੀ ਫਰਵਰੀ 'ਚ ਆ ਰਹੀ, ਮੇਰੇ ਕੋਲ ਵਹਿਲਾ ਰਹੀ ਸੀ, ਦਾਦਾ ਜੀ ਤੁਸੀਂ ਆਉਣਾ ਜ਼ਰੂਰ ਮੇਰੀ ਸ਼ਾਦੀ 'ਤੇ, ਹੈਂ ਲਓ ਤੁਸੀਂ ਦੇਖੋ ਕਿ ਬੇਟਾ ਕਿੰਨੀ ਜ਼ਿਆਦਾ ਲਵ ਐਂਡ ਅਫੈਕਸ਼ਨ ਹੈਗਾ। ਅਤੇ ਬੜਾ ਪਿਆਰ, ਬਹੁਤ ਪਿਆਰ ਉਹਨੂੰ ਦਿੱਤਾ। ਅਤੇ ਫਿਰ ਇੱਕ ਦਿਨ ਲੱਡਣੀ ਜੀ, ਲੱਡਣੀ ਉਹ ਵੀ ਬੜੀ ਵਹਿਲਾ ਫੈਮਿਲੀ ਆਈ, ਲੰਬੜਦਾਰ ਨੇ ਉਹ, ਲੱਡਣਾਂ ਦੇ ਦੋ ਲੰਬੜ ਸੀ, ਇੱਕ ਅਜੀਤ ਸਿੰਘ ਸੀ ਉਹ ਸੌਕਵਾਂ ਪੈਈ ਸੀ ਇੱਧਰ ਆ ਗਏ, ਦੂਸਰੀ ਮੁਸਲਮਾਨ ਦੀ ਲੰਬੜਦਾਰੀ ਸੀ, ਉਹਨਾਂ ਕੋਲ 30 ਕਿਲੇ ਪਏ, ਉਹਨਾਂ ਸਾਨੂੰ ਸੱਦਿਆ ਜੀ। ਉਹ ਲੱਡਣੀ ਗਏ, ਉੱਥੇ ਵੀ ਜਾਂਦੇ ਆ ਮਾਰ ਜੀ, 100-50 ਬੰਦੇ ਬੈਠੇ ਕੁਰਸੀਆਂ 'ਤੇ, ਅਤੇ ਉੱਥੇ ਸਮਝੋ ਬਈ ਚਾਹ ਪਾਣੀ ਚੱਲਿਆ, ਉਹ ਗੱਲਾਂ ਹੀ ਪੁੱਛਣ ਨੂੰ। ਇੱਕ ਉਹਨਾਂ 'ਚੋਂ ਬੰਦਾ ਫਿਰ ਮਿਲ ਗਿਆ, 115 ਸਾਲ ਦਾ, ਤੁਸੀਂ ਇੰਟਰਵਿਊ ਦੇ ਜਾਓ, ਉਹਨਾਂ ਦਾ ਬੁੱਢਾ ਬਾਬਾ, ਉਹ ਜੇ ਮੁਸਲਮਾਨ ਬਾਬਾ, ਉਹ ਕਹਿੰਦੇ 115 ਸਾਲ ਦਾ। ਉਹਨਾਂ ਵੀ ਗੱਲਾਂ ਕੀਤੀਆਂ, ਕੋਈ ਜੇ ਮੇਰੀ ਗੱਲ ਦੀ ਉਹਨੂੰ ਸਮਝ ਨਾ ਆਵੇ, ਉਹਦੀ ਮੈਨੂੰ ਨਾ ਆਵੇ, ਉਹ ਬੁੱਢੇ ਬੰਦੇ ਪਏ, ਉਹਦੀ ਲਿਆਈ ਬੈਠਾ ਕਨਵਰਸੇਸ਼ਨ, ਬਹੁਤ ਮਜ਼ਾ ਆਇਆ। ਫਿਰ ਉਹਨਾਂ ਨੇ ਫਿਰ ਕਿ ਕਾਲੇ ਆਈ ਦੇ ਗਿੱਲਾਂ ਨੇ ਸੱਦਿਆ, ਕਾਲੇ ਆਈ ਨੇ ਸੱਦਿਆ, ਅਜੇ ਕਈ ਮਤਲਬ ਵਿਚਾਰੇ, ਅੱਜ ਮੈਨੂੰ ਆਇਆ ਉਹ ਮੁਲਤਾਨ ਤੋਂ ਫੋਨ ਕਰ ਰਿਹਾ ਸੀ, ਘੁੰਮਣ ਸਾਹਿਬ, ਪਤਾ ਨਹੀਂ ਕੀ ਨਾਮ ਨੇ, ਘੁੰਮਣ ਦੱਸਿਆ, ਕਹਿੰਦਾ ਬਾਬਾ ਜੀ ਆਇਮ ਸੋ ਸਾਰੀ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸੀ, ਕਿ ਮੈਂ ਪਤਾ ਨਹੀਂ ਕਿਉਂ ਫਲਾਣੀ ਤਰੀਕ ਨੂੰ ਚਲੇ ਜਾਣਾ, ਅਤੇ ਮੈਂ ਤਿਆਰੀ ਕਰਨ ਡਿਆ ਸੀ ਜਾ ਕੇ ਬਾਬਾ ਜੀ, ਮੈਂ ਉਹਨਾਂ ਤੋਂ ਮੈਨੂੰ ਪਤਾ ਲੱਗਾ ਵੀ ਉੱਥੇ ਚਲੇ ਗਏ, ਅਤੇ ਉਹ ਲਿਟਰਲੀ ਹੀ ਵਾਜ਼ ਵੇਟਿੰਗ, ਹੀ ਵਾਜ਼ ਵੇਟਿੰਗ, ਗੱਲ ਕਰਦਾ ਮੇਰੇ ਨਾਲ ਵੀ, ਕਹਿੰਦਾ ਤੁਸੀਂ ਚਲੇ ਗਏ ਹੋ ਅਤੇ ਮੇਰੀਆਂ ਦਿਲ ਦੀਆਂ ਦਿਲ 'ਚ ਰਹਿ ਗਈਆਂ, ਅਤੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਔਰ ਫਿਰ ਹੁਸੈਨ ਤੋਂ ਬਾਅਦ ਸਾਡੇ ਜਿਹੜੇ ਹੈਗੇ ਨੇ ਰਾਣਾ ਜੀ, ਬਹੁਤ ਕੋਪਰੇਟਿਵ ਉਹਨਾਂ ਦੀ ਨੇਚਰ ਹੈਗੀ ਆ, ਉਹ ਬੜੀ ਅੱਛੀ ਚਣਕੋਈ ਆ, ਬੜੀ ਅੱਛੀ ਜ਼ਮੀਨ ਹੈ, ਬੜੀ ਉਹਨਾਂ ਦੀ ਇੱਜ਼ਤ ਹੈ, ਬੜਾ ਅੱਛਾ ਮਕਾਨ ਉਹਨਾਂ ਕੋਲ, ਅਤੇ ਵੈਲ ਸੈਟਲਡ ਹੈਗੇ ਨੇ ਉਹਨਾਂ ਕੋਲ ਵੀ, ਪਿਆਰ ਦੇ ਜਿਵੇਂ ਨੇ ਵੀ ਪਿਆਰ ਦੀਆਂ ਵੰਡਾਂ ਬੰਨ ਕੇ ਉਹਨਾਂ ਰੱਖੀਆਂ, ਪਿਆਰ ਬਣਦੇ ਨੇ। ਇੱਕ ਦਿਨ ਉਹ ਕਹਿੰਦੇ ਵੀ ਅੱਜ ਮੈਂ ਘਰ ਦਾ ਵੀ ਕਹਿੰਦਾ ਮੈਂ ਅੱਜ ਮੈਚ ਦੇ ਸੋਚ ਸਕਦਾ। ਇੱਕ ਮਿੰਟ ਜੀ, ਹੁੰਦੂ ਸਾਹਿਬ ਇੱਕ ਨਿੱਕਾ ਜਿਹਾ ਮੇਰਾ ਸਵਾਲ ਆ, ਉਹਨਾਂ ਪਲਾਂ 'ਚ ਜਦੋਂ ਪਿਆਰ ਦੀਆਂ ਪੰਡਾਂ ਭਰ ਭਰ ਤੁਹਾਡੇ ਸਿਰ 'ਤੇ ਰੱਖੀਆਂ ਗਈਆਂ, ਜਦੋਂ ਮੁਹੱਬਤ ਦਾ ਸ਼ਮ ਸ਼ਮ ਹੀ ਵਰਦਾ ਸੀ, ਜਿਹਨਾਂ ਪਲਾਂ ਦੇ ਵਿੱਚ ਇਸ਼ਕ ਦਾ ਦਰਿਆ ਨੱਕੋ ਨੱਕ ਵਗਦਾ ਸੀ, ਉਹਨਾਂ ਪਲਾਂ ਦੇ ਵਿੱਚ ਉਹ ਪਲ ਯਾਦ ਆਏ ਜਦੋਂ ਤੁਸੀਂ ਪਿੰਡ ਛੱਡਿਆ ਸੀ, ਡਰ ਕੇ ਦੌੜੇ ਸੀ, ਜਾਨ ਦਾ ਖਤਰਾ ਸੀ? ਬਿਲਕੁਲ ਜੀ, ਉਦੋਂ ਇੰਨੀ ਸੀ ਸਮਝੋ ਬਈ, ਜਿਹਨੂੰ ਵਹਿਸ਼ਤ ਅਤੇ ਦਹਿਸ਼ਤ ਇੰਨੀ ਹੋ ਚੁੱਕੀ ਸੀ, ਅਤੇ ਉਹ ਕਦੇ ਕਦੇ ਮੇਰੇ ਜੀ ਖਿਆਲ ਹੁੰਦਾ ਸੀ ਵੀ ਇਹ ਉਹੀ ਜਗ੍ਹਾ ਜਿੱਥੋਂ ਅਸੀਂ ਦਹਿਸ਼ਤ ਅਤੇ ਵਹਿਸ਼ਤ ਦੇ ਮਰ ਰਹੇ, ਇੱਥੋਂ ਦੌੜੇ, ਅਤੇ ਲੇਕਿਨ ਉਹੀ ਜਗ੍ਹਾ ਕਿ ਜਿੱਥੋਂ ਅੱਜ ਇੰਨਾ ਪਿਆਰ ਮਿਲ ਰਿਹਾ। ਮੇਰੇ ਖਿਆਲ 'ਚ ਉਹਨਾਂ ਪੰਜਾਬੀਆਂ ਨੂੰ ਹੀ ਉਹ ਸਾਨੂੰ ਮਿਸ ਕਰਦੇ, ਦੇ ਆਰ ਮਿਸਿੰਗ ਅਸ ਵੈਰੀ ਬੈਡਲੀ। ਉਹ ਕਹਿੰਦੇ ਯਾਰ ਇਕੱਠੇ ਰਹਿੰਦੇ ਸਾਂ, ਕਿੰਨਾ ਅੱਛਾ ਸਮਾਂ ਸੀ, ਬੜੇ ਪਿਆਰ ਨਾਲ ਕਹਿੰਦੇ ਸਾਡੀ ਵਿਸਾਖੀ, ਤੁਹਾਡੀ ਵਿਸਾਖੀ, ਸਾਡੀਆਂ ਇੱਦਾਂ ਸਾਂਝੀਆਂ ਸਨ। ਇੱਕ ਦਿਨ ਗੱਲ ਚੱਲੀ, ਮੈਂ ਕਿਹਾ ਯਾਰ ਤੁਹਾਡੇ ਕੋਲ ਸੱਭਿਆਚਾਰ ਤਾਂ ਸਾਡਾ ਤੁਹਾਡੇ ਕੋਲ ਰਹਿ ਗਿਆ। ਦੇਖੋ ਜੀ, ਹੀਰਾਂ ਜਾ ਉੱਥੇ, ਸੱਸੀ ਪੁੰਨੂ ਉੱਥੇ, ਸ਼੍ਰੀ ਫਰਿਆਦ ਉੱਥੇ, ਸੋਹਣੀ ਮੈਂ ਮੈਂ ਸਾਡੇ ਕੋਲ ਹੈ ਕੀ ਸੀ, ਕਿਹਨੂੰ ਗਾਈਏ, ਇਸ ਪੰਜਾਬ ਮੈਂ ਕਿਹਨੂੰ ਗਾਈਏ, ਸਭ ਕੁਝ ਸਾਡੀ ਲੋਕ ਗਾਥਾ, ਸਾਡਾ ਜਿੰਨਾ ਕਲਚਰ ਤੁਹਾਡੇ ਕੋਲ, ਅਤੇ ਤੁਹਾਡੇ ਬਿਨਾਂ ਅਸੀਂ ਦੂਰੇ ਹਾਂ। ਉਹ ਕਹਿੰਦੇ ਅਸੀਂ ਤੁਹਾਡੇ ਬਿਨਾਂ ਦੂਰੇ ਹਾਂ। ਨਨਕਾਣਾ ਸਾਹਿਬ ਗਏ, ਉੱਥੇ ਸਿਕਿਉਰਿਟੀ ਬੜੀ ਟਾਈਟ ਆ, ਅਤੇ ਇੱਕ ਸਾਡਾ ਕਹਿਣ ਲੱਗਾ ਮੇਰਾ ਦੇਖੋ ਬਾਬਾ ਜੀ, ਤੁਹਾਡੇ ਸਿਆਲਕੋਟ ਤੋਂ ਪਿੰਡ ਤੱਕ ਤੁਸੀਂ ਪਿਓ, ਸਾਡਾ ਇੱਕ ਮੇਰਾ ਭਤੀਜਾ ਹੀ ਲੱਗਦਾ ਤਾਹਿਰ,
ਉਹ ਹੈਗਾ ਨਜ਼ੀਰ ਦਾ ਲੜਕਾ, ਤੁਹਾਡੇ ਵਾਂਗੂ ਬੜਾ ਜਵਾਨ ਹੈ ਗੋਰਾ। ਉਹ ਕਹਿੰਦਾ ਇਸ਼ੂ ਕੀ ਹੈ, ਵਟਸ ਦਾ ਮੈਟਰ? ਕਹਿੰਦਾ ਥਾਂਦਾ ਨੂੰ ਕਹਿੰਦਾ ਵਟਸ ਦਾ ਮੈਟਰ? ਨਹੀਂ ਨਹੀਂ, ਮੈਂ ਕਹਿੰਦਾ ਬਾਬਾ ਜੀ ਸਿਕਿਉਰਿਟੀ ਦੇ ਲਈ। ਕਹਿੰਦਾ ਸੀ ਪੰਜ ਬੰਦੇ ਛੇ ਨਾਲ ਆ, ਦੋ ਗੱਡੀਆਂ ਭਰੀਆਂ, ਸਾਰਿਆਂ ਕੋਲ ਸਾਡੇ ਕੋਲ ਪਿਸਟਲ ਨੇ, ਵੱਡੀ ਵੀ ਟਾਕ ਬਾਊਟ ਹੈ। ਕਹਿੰਦਾ ਦਾਦਾ ਜੀ ਕਹਿੰਦੇ ਖੋ, ਕਹਿੰਦਾ ਜਾਓ ਜੀ ਮੱਝਾਂ ਕੋਲ ਘੁੰਮੋ ਜਿਸ ਦਿਲ ਕਰਦਾ। ਫਿਰ ਨਨਕਾਣੇ ਦੇ ਬਾਜ਼ਾਰਾਂ 'ਚ ਸੀਗੇ ਧਾਮੀ ਸਾਹਿਬ, ਉੱਥੇ ਦੇਖਿਆ ਜਿਹੜੇ ਪਿਛੌੜੀ ਸਿੱਖ ਉੱਥੇ ਜਾਣ ਮਨਕਾਣਾ ਫੈਮ 600 ਵੋਟ ਕਹਿੰਦੇ ਉਹਨਾਂ ਦੀ ਪੋਲ ਹੁੰਦੀ ਆ ਨਨਕਾਣਾ ਫੈਮ, ਔਰ ਉਹ ਨਾ ਜਾ ਘਰ ਮੁਸਲਮਾਨ ਦਾ ਅੱਗੇ ਉਹਦਾ ਆ ਕਰ ਬਿਲਕੁਲ ਮਿਕਸ। ਉਹ ਕਹਿੰਦੇ ਬਿਲਕੁਲ ਸੀ ਐਜ਼ ਯੂਜ਼ੂਅਲ ਰਹਿੰਦੇ। ਜਦੋਂ ਮੈਂ ਬਾਬਾ ਜੀ ਬੇਰ ਸਾਹਿਬ ਗਿਆ ਗੁਰਦੁਆਰੇ ਮੱਥਾ ਟੇਕਣ, ਉੱਥੇ ਮੈਂ ਦੇਖਿਆ, ਮੈਂ ਦੁਪਹਿਰੀ ਸੁਖਮਨੀ ਸਾਹਿਬ ਦਾ ਉੱਥੇ ਪਾਠ ਹੋਣ ਡਿਆ, ਤਕਰੀਬਨ ਆਹ ਟਾਈਮ ਸੀ। ਮੈਂ ਕਿਹਾ ਬੀਬੀਆਂ ਪਾਠ ਕਰਨੀਆਂ ਨੇ ਬਾਈ, ਇਹ ਅਚੰਬਿਆ ਹੀ ਗੱਲ ਹੈ, ਪਾਕਿਸਤਾਨ 'ਚ ਪਾਠ ਹੋਣ ਡਿਆ। ਉਹ ਫਿਰ ਬਾਹਰ ISI ਦਾ ਬੰਦਾ ਸੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬਈ ਇਹ ਕੀ ਹਿਸਾਬ ਕਿਤਾਬ ਹੈ? ਉਹ ਕਹਿੰਦਾ ਬਾਬਾ ਜੀ ਜਿਹੜੇ ਉਹਨੂੰ ਰਹਿ ਗਏ ਸਨ ਹਿੰਦੂ ਭਰਾ ਇੱਥੇ, ਉਹ ਚਾਰ ਦਿਨ ਨੇੜੀ ਚੁੱਲ੍ਹੀ ਹੈ, ਬਾਕੀ ਕੋਈ ਗੱਲ ਨਹੀਂ, ਬਸ ਉੱਦਾਂ ਸਲਵਾਰ ਅਤੇ ਉਹ ਕਮੀਜ਼ ਪਾਉਂਦੇ ਹੁਣ, ਬਾਕੀ ਕਹਿੰਦਾ ਜੀ ਆਉਂਦੇ ਜਾਂਦੇ ਗੁਰਦੁਆਰੇ ਮੱਥਾ ਟੇਕਦੇ, ਲੰਗਰ ਚੱਲਦਾ, ਕੋਈ ਪ੍ਰੋਬਲਮ ਨਹੀਂ। ਇਹ ਕਹਿੰਦਾ ਸਾਰੀ ਜਿਹੜੀ ਹਿੰਦੂ ਫੈਮਿਲੀ ਰਹਿ ਗਈਆਂ ਨੇ, ਇਹ ਉਹ ਆਉਂਦੇ ਮੱਥਾ ਟੇਕ। ਬਾਬਾ ਜੀ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ, ਹਿੰਦੂ ਫੈਮਿਲੀ? ਬਿਲਕੁਲ ਜੀ, ਉਹ ਵੀ ਗੱਲ ਸੁਣਾਓ ਸਰ। ਬਿਲਕੁਲ, ਉੱਥੇ ਜਦੋਂ ਗਏ ਹਾਂ ਅਤੇ ਬਾਬੇ ਜੀ ਬੇਰ ਸਾਹਿਬ ਸੁਖਮਨੀ ਸਾਹਿਬ ਆਉਣ ਡੇ ਹੈ, ਅਤੇ ਮੈਂ ਪੁੱਛਿਆ ਇੱਕ ਹਿੰਦੂ ਭਰਾ ਨੂੰ, ਪੁੱਛਿਆ ਯਾਰ ਮੈਂ ਕਿਹਾ ਤੁਸੀਂ ਹਿੰਦੂ? ਕਹਿੰਦੇ ਸੀ ਜਦ ਦੇ ਝੀ ਨਾ, ਸਾਡਾ ਉਹ ਵੀ ਬਿਜ਼ਨਸ ਹੈ, ਮੀਟ ਚੀਜ਼ ਬਣਾਉਣਾ, ਮੱਛੀ ਬਣਾਉਣਾ। ਅਤੇ ਮੈਂ ਕਿਹਾ ਯਾਰ ਕੋਈ ਤੁਹਾਨੂੰ ਪ੍ਰੋਬਲਮ ਨਹੀਂ? ਕਹਿੰਦੇ ਨਹੀਂ ਕੋਈ ਪ੍ਰੋਬਲਮ ਨਹੀਂ। ਕਿ ਤੁਸੀਂ ਸਿਆਲਕੋਟ ਦੇ ਕਈ ਪਿੰਡਾਂ 'ਚ ਗਏ, ਤੁਹਾਨੂੰ ਕੋਈ ਇਸ ਤਰ੍ਹਾਂ ਦਾ ਵੀ ਮੁਸਲਮਾਨ ਭਰਾ ਮਿਲਿਆ ਜਿਹੜਾ 1947 ਦੇ ਵਿੱਚ ਹੀ ਕਨਵਰਟ ਹੋਇਆ ਹੋਵੇ? ਹਾਂ, ਉਹ ਵੀ ਮਿਲੇ ਜੀ, ਉਹ ਵੀ ਮਿਲੇ ਮੈਨੂੰ। ਉਹ ਕਾਲੇ ਵਾਲੀ ਹੈਗੇ ਆ, ਆਲਾ ਸਿੰਘ ਸੀ, ਆਲਾ ਸਿੰਘ ਕਾਲੇ ਵਾਲੀ ਦਾ ਸਾਡੇ ਹੁੰਦਾ ਬੜਾਲੀ ਦਾ ਸੀ, ਉਹਨਾਂ ਦੀ ਭਾਈ ਮੇਰੇ ਖਾਲ 100 ਕਿੱਲੇ ਦੇ ਕਰੀਬ ਸੀ। ਉਹ ਫਿਰ ਜਦੋਂ ਅਸੀਂ ਨਿਕਲੇ ਉਹਨੂੰ, ਅਸੀਂ ਉਹ ਸਾਰਾ ਸੈੱਟ ਕੀਤਾ ਸੀ, ਉਹ ਵੇਚਣਾ ਨਾ ਨਿਕਲੇ। ਬਾਅਦ 'ਚ ਉੱਥੇ ਕਾਰਵਰ ਕਰ ਰਹੇ ਰਾਣੇ ਦਾ ਉਸੇ ਨਾਲ, ਉੱਥੇ ਵੀ ਗਦਰ ਭਰਾਮੀ ਸਾਹਿਬ ਉਹਨਾਂ ਲੋਕਾਂ ਜਿਹੜੇ ਭੁੱਖੇ ਨੰਗੇ ਬਦਮਾਸ਼ ਸੀ, ਅੱਛੇ ਮੁਸਲਮਾਨ ਦੇ ਖਾਨਦਾਨੀ ਸੀ, ਉਹਨਾਂ ਬਿਲਕੁਲ ਨਹੀਂ ਕੋਈ ਇਹੋ ਜਿਹੀ ਗੱਲ ਕੀਤੀ। ਉਹਨਾਂ ਦੇ ਵਿੱਚੋਂ ਫਿਰ ਇੱਕ ਮੁੰਡਾ ਬਚਿਆ, ਬਾਕੀ ਸਾਰੇ ਕਤਲ ਹੋ ਗਏ। ਉਹ ਮੁੰਡਾ ਜਿਹੜਾ ਸੀ ਉਹਦਾ ਨਾਂ ਸੀ ਦਲੀਪ ਸਿੰਘ, ਬਾਅਦ 'ਚ ਉਹਦਾ ਨਾਂ ਫਿਰ ਦਿਲਮੁਮ ਰੱਖਿਆ ਗਿਆ। ਦਿਲਮੁਮ 'ਤੇ ਉਹ ਮਰ ਗਿਆ, ਉਹਦੀ ਵਾਈਫ ਆਈ ਮੈਨੂੰ ਮਿਲਣ, ਉਹਦੇ ਬੱਚੇ ਤੋਂ ਬੜੇ ਬੜੇ ਜਵਾਨ ਨੇ ਲੰਬੇ, ਉਹ ਆਏ ਮੈਨੂੰ, ਅਤੇ ਮੈਨੂੰ ਪਤਾ ਲੱਗਿਆ, ਮੈਂ ਕਿਹਾ ਆਫਟਰ ਫਿਰ ਬਲੱਡ ਹੈ, ਅਤੇ ਜਦੋਂ ਮਿਲਣ ਆਏ ਨੇ। ਉਹ ਦੱਸ ਰਹੇ ਸੀ, ਕਹਿੰਦੇ ਵੀ ਇੱਕ ਮੁੰਡਾ ਕਹਿੰਦਾ ਮੈਂ ਹਿੰਦੁਸਤਾਨ ਵੀ ਗਿਆ, ਅਤੇ ਮੈਂ ਫਿਰ ਮੇਰਾ ਉੱਥੇ ਦਿਲ ਨਹੀਂ ਲੱਗਾ, ਅਤੇ ਮੈਂ ਬਾਰਡਰ 'ਚੋਂ ਫਿਰ ਚੋਰੀ ਦੌੜ ਆਇਆ। ਉੱਥੇ ਜ਼ਮੀਨ ਕਹਿੰਦਾ ਵੀ ਸਾਡੀ 100 ਕਿੱਲਾ ਸੀ, ਅਤੇ ਹਿੱਸੇ ਦੇ ਹਿਸਾਬ ਨਾਲ ਫਿਰ ਸਾਨੂੰ ਫੈਮਿਲੀ 'ਚੋਂ 8.5 ਏਕੜ ਪੈਜੀ ਮਿਲੀ। ਅਤੇ ਪਿੰਡ ਉਹ ਹੈਗਾ ਬਦੀਪੁਰ ਬਜਾਣੇ ਦੇ ਕੋਲ, ਉੱਥੇ ਕਹਿੰਦਾ ਵੀ ਸਾਡੇ ਫਾਦਰ ਜੀ ਫਿਰ ਉਹਦੇ ਵਿਆਹ ਹੋਇਆ, ਜਦੋਂ ਕਨਵਰਟ ਹੋ ਗਏ ਮਲੀਆਂ ਦੇ ਪਿੰਡ ਨੇ ਬਜਾਣੇ 'ਤੇ ਵੀ, ਕਿਤੇ ਦੇਖੋ ਹੁਣ ਏਡਾ ਅੱਡਾ ਬਣ ਗਿਆ, ਯੂਨੀਵਰਸਿਟੀ ਬਣ ਗਈ, ਗਵਰਮੈਂਟ ਹਾਇਰ ਸੈਕ ਸਕੂਲ ਹਾਈ ਸਕੂਲ ਪਿਆ, ਅਤੇ ਮਾਰ ਇੰਨੀ ਗਹਿਮਾ ਮੈਂ ਇਹਨੂੰ ਅਤੇ ਇਹਨੂੰ ਐਲ ਟਾਈਪ ਏਡਾ ਅੱਡਾ ਬਣਿਆ। ਔਰ ਜੇ ਤੁਸੀਂ ਚੁਰਿੰਦੇ ਦੀ ਗੱਲ ਪੁੱਛੋ, ਅਤੇ ਮੈਂ ਕਹਾਂਗਾ ਵੀ ਜਲੰਧਰ ਦੇ ਕਿਸੇ ਜਿਹੜਾ ਬੜਾ ਬਿਜ਼ੀ ਮਾਰਕੀਟ ਹੈ ਉਹਦੀ ਗੱਲ ਕਰੋ। ਪਿੰਡ ਦੇ ਵਿੱਚ ਕੌਣ ਕੌਣ ਮਿਲਿਆ ਜਿਨ੍ਹਾਂ ਨੂੰ ਤੁਸੀਂ ਪਹਿਚਾਣਦੇ ਸੀ? ਮੈਂ ਜੀ ਮਿਲਿਆ ਮੇਲ ਮੋਚੀ ਦਾ ਮੁੰਡਾ ਸੀ, ਮੇਲ ਸੀ ਉਹਦੇ, ਇਹਦੇ ਬਾਬ ਨੂੰ ਬਾਊ ਸੀਗਾ, ਉਹ ਤਕਰੀਬਨ ਮੇਰੀ ਉਮਰ ਦਾ ਹੈ, ਉਸਨੇ ਮੈਨੂੰ ਪਹਿਚਾਣ ਲਿਆ, ਉਹਦੇ ਜੱਫੀ ਪਾ ਕੇ ਰੋ ਨਹੀਂ ਲੈ ਗਿਆ। ਫਿਰ ਇੱਕ ਹੋਰ ਸੀ ਤਖਾਣ, ਉਹ ਨਜ਼ਰ ਉਹਦੀ ਬੰਦ ਹੋ ਗਈ, ਅਫਜ਼ਲ ਅਤੇ ਕਰਮਚੰਦ ਸਨ ਤਖਾਣ ਉਹਦੇ ਵਿਹੜੇ 'ਚੋਂ, ਉਹ ਫਿਰ ਕਹਿਣ ਲੱਗਾ ਮੈਨੂੰ ਦਿਖਾਓ ਏ, ਉਹ ਮੈਨੂੰ ਲੈ ਚਲੋ। ਫਿਰ ਉਹਦੇ ਬੱਚੇ ਕਹਿਣ ਲੱਗਾ ਬਾਬਾ ਜੀ ਸਾਡੇ ਘਰ ਜਾਣਾ, ਸਾਡੇ ਬਜ਼ੁਰਗ ਤੁਹਾਨੂੰ ਬੜਾ ਯਾਦ ਕਰ ਦੇਣ। ਉਹ ਫਿਰ ਦੇਖੋ ਇੰਨੀ ਯਾਦ ਹੈ, ਸਾਡੇ ਸਾਰੇ ਭਰਾਵਾਂ ਦਾ ਨਾਂ ਲਿਆ, ਸਾਡੇ ਪਿਤਾ ਦਾ ਨਾਂ ਲਿਆ। ਕਹਿੰਦੇ ਜੀ 14 ਹਵੇਲੀ ਆਮ ਅਸੀਂ, ਸਾਡੇ ਬਾਪ ਨੇ 4 ਭਰਾ ਸਨ ਜੀ, 2 ਪਹਿਲੇ ਜੇ ਸਨ ਉਹ ਮੋਨੇ ਸਨ, 14 ਹਵੇਲੀ ਆਮ ਅਤੇ ਮੁਸ਼ਿਆਮ ਅਤੇ ਛੋਟਾ ਦੀਵਾਨ ਸਿੰਘ ਅਤੇ ਜਾਗਰ ਸਿੰਘ, 2 ਸਿੱਖ ਸਨ ਅਤੇ 2 ਮੋਨੇ ਸਨ। ਅਤੇ ਸਾਡੇ ਬਾਪ ਨੂੰ ਪਿੰਡ 'ਚ 14 ਕਰਕੇ ਕਹਿੰਦੇ ਹੁੰਦੇ ਸੀ, ਅਤੇ ਕਹਿਣਾ ਵੀ 14 ਦਾ ਮੁੰਡਾ ਆਇਆ ਯਾਰ, ਉਹਨੂੰ ਮਿਲਣਾ ਜ਼ਰੂਰ ਮੈਂ। ਫਿਰ ਮੈਂ ਉਹਦੇ ਘਰ ਗਿਆ ਯਾਰ ਅੱਖਾਂ ਤੋਂ ਬੰਨ, ਲੇਕਿਨ ਉਹਨੇ ਸਾਰੀਆਂ ਯਾਦਾਸ਼ਾਂ ਪੁਰਾਣੀਆਂ ਤਾਜ਼ ਕਰਾ ਗਏ। ਤੁਹਾਨੂੰ ਦੇਖ ਨਹੀਂ ਸਕਿਆ, ਉਹਨੇ ਮਹਿਸੂਸ ਕਰ ਮਹਿਸੂਸ ਕੀਤਾ, ਉੱਥੋਂ ਉੱਠਣ ਲੱਗੇ ਹਾਂ, ਕੋਈ ਅੱਧਾ ਘੰਟਾ ਬੈਠੇ ਅਤੇ ਉਹ ਦੂਜਾ ਕਰ ਗਿਆ ਸਾਡੇ ਲਾਓ, ਅਤੇ ਉਹ ਫਿਰ ਕਹਿਣ ਲੱਗਾ ਵੀ, ਮੈਂ ਕਿਹਾ ਵੀ ਹੁਣ ਮੈਨੂੰ ਛੁੱਟੀ ਦਿਓ। ਇਹ ਇੱਕ ਵਾਰ ਫਿਰ ਆਇਓ। ਇੱਕ ਬੀਬੀ ਬਜ਼ੁਰਗ ਔਰਤ ਬਹੁਤ ਰੋਂਦੀ ਆ, ਉਹ ਕੌਣ? ਉਹ ਮੇਰਾ ਭਰਾ ਜਿਹੜਾ ਹੈਗਾ ਰਫੀਕ, ਉਹਦੇ ਘਰ ਉਹ ਰਫੀਕ ਵਿਚਾਰੀ ਹੁਣ ਮੈਂ ਜਿੱਦਾਂ ਆ, ਚਲੋ ਬਾਕੀ ਸਾਰੇ ਤੋਹਫੇ ਲੈ ਕੇ ਆ, ਅਤੇ ਮੇਰਾ ਭਰਾ ਕੁੱਬਾ ਜਿਹਾ ਹੋਇਆ ਅਤੇ ਲਿਫਾਫੇ ਕੋਈ ਪਾਇਆ, ਮੈਂ ਰਫੀਕ ਹੀ ਲੈ ਜਾਂਦਾ। ਕਹਿੰਦਾ ਮੇਰਾ ਭਰਾ ਨੇ ਬਾਕੀਆਂ ਤੋਹਫੇ ਦਿੱਤੇ, ਮੈਂ ਨਹੀਂ ਦੇਣੇ। ਉਹ ਇੱਕ ਬੜੀ ਵਧੀਆ ਕਾਰਪੇਟ ਦੀ ਗਲੀਚਾ ਉਹ ਮੈਨੂੰ ਦੇ ਗਿਆ, ਕਹਿੰਦਾ ਲੈ ਜਾਓ ਕਿਤੇ ਸ਼ਾਇੰਗ ਕਰ ਉਹਨੂੰ ਯਾਦ ਕਰੀ। ਅੱਜ ਕੱਲ੍ਹ ਹੀ ਇੰਨਾ ਕਿ ਮੈਂ ਬਿਆਨ ਨਹੀਂ ਕਰ ਸਕਦਾ, ਇੰਨਾ ਉਹਨਾਂ ਪਿਆਰ ਦਿੱਤਾ ਬੇਟਾ। ਔਰ ਫਿਰ ਬੇਟਾ ਮੈਂ ਵੇਖਿਆ ਜਿਹੜੀਆਂ ਯੰਗ ਗਰੋਨ ਅਪ ਗਰਲਜ਼ ਹੈਗੀਆਂ, ਉਹ ਆਮ ਬਾਜ਼ਾਰਾਂ ਨਹੀਂ ਫਿਰਦੀਆਂ,
ਉਹ ਫਿਰ ਮੈਸੇਜ ਮੈਨੂੰ ਆਉਣਾ ਕਿ ਫਲਾਣ ਫਲਾਣ ਜਿਸ ਘਰ ਗਏ ਹੋ ਫਿਰ ਉਹਨਾਂ ਬੰਦੇ ਮਿਲ ਗਏ, ਬਾਅਦ ਮੈਂ ਤੁਰਾਂਗੇ, ਬਾਬਾ ਜੀ ਆਓ ਸਾਡੀਆਂ ਬੱਚੀਆਂ ਨੂੰ ਮਿਲਣਾ। ਉਹ ਫਿਰ ਸੈਪਰੇਟ ਕਮਰੇ ਜਾਣਾ, ਉਹਨਾਂ ਬੱਚਿਆਂ ਨੂੰ ਮਿਲਣਾ, ਉਹਨੂੰ ਵਿਸ਼ ਕਰਨਾ, ਪਿਆਰ ਦੇਣਾ ਉਹਨਾਂ ਨੂੰ, ਅਤੇ ਬਹੁਤ ਹੀ ਮਿਹਨਤ ਬਹੁਤ ਜ਼ਿਆਦਾ ਹੈ। ਇੱਕ ਘਰ ਮੈਂ ਗਿਆ, ਮੈਂ ਉਹਦਾ ਨਾਂ ਨਹੀਂ ਲੈਣਾ, ਅਤੇ ਉਹ ਮੈਨੂੰ ਕਹਿੰਦਾ ਬਾਬਾ ਜੀ ਲਾ ਲੈਂਦੇ ਹੁੰਦੇ ਹੋ। ਉਹ ਬਹੁਤ ਪਿਆਰ ਦਿੱਤਾ, ਬਹੁਤ ਪਿਆਰ। ਬੱਚੇ ਜਿਹੜੇ ਨਾ ਜੀ ਜਿਹੜੀਆਂ ਫਰਜ਼ੀ ਦਾ ਜਵਾਨ ਲੜਕੀਆਂ ਜੀ, ਉਹ ਬਾਹਰ ਨਹੀਂ ਨਿਕਲੀਆਂ ਅਤੇ ਆਪਣੇ ਦਵਾਰ ਤੋਂ ਬਾਬਾ ਜੀ ਬਾਬਾ ਜੀ ਇਹ ਕਰਨੀਆਂ। ਬਾਬੇ ਦੀ ਫੇਰ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਤੁਹਾਡਾ ਖਾਲਸਾ ਸਕੂਲ ਸੀਗਾ, ਤੁਸੀਂ ਉਸ ਸਕੂਲ ਗਏ, ਤੁਸੀਂ ਉਦੋਂ ਕੀ ਮਹਿਸੂਸ ਕੀਤਾ ਉੱਥੇ ਘੁੰਮਦਿਆਂ? ਤੁਹਾਡਾ ਚਿਹਰਾ ਤਾਂ ਸਾਰਿਆਂ ਦੇ ਸਾਹਮਣੇ ਸੀ, ਜੋ ਦਿਲ 'ਚ ਬਲਬਲੇ ਉੱਠਦੇ ਸੀ ਉਹ ਸਾਨੂੰ ਦੱਸੋ ਜੀ। ਉਹ ਜੀ ਇਹਨਾਂ ਪ੍ਰੋਗਰਾਮ ਬਣਾ ਲਿਆ, ਕਹਿੰਦੇ ਸਭ ਕੁਝ ਬਾਬਾ ਜੀ ਨੂੰ ਦਿਖਾਤਾ ਹੈ, ਅੱਜ ਬਾਬਾ ਜੀ ਦਾ ਸਕੂਲ, ਇਹ ਇਟ ਇਜ਼ ਡਿਊ ਟੂ ਹੁਸੈਨ। ਹੁਸੈਨ ਨੇ ਅਰੇਂਜ ਕੀਤਾ, ਉਦੋਂ ਹੁਸੈਨ ਵੀ ਆ ਗਿਆ। ਗੇਟ 'ਤੇ ਗਏ ਹਾਂ, ਪਰ ਤੁਸੀਂ ਪ੍ਰਿੰਸੀਪਲ ਸਾਰੇ ਸਟਾਫ ਨੇ ਸਾਨੂੰ ਵੈਲਕਮ ਕੀਤਾ ਬੇਟਾ। ਅੰਦਰ ਗਏ ਹਾਂ, ਅੰਦਰ ਫਿਰ ਕਹਿਣ ਲੱਗੇ, ਉਦੋਂ ਬੋਰਡ ਲੱਗਾ ਸੀ ਕਿ ਕਦੋਂ ਇਹ ਸਕੂਲ ਬਣਿਆ, ਕਿਸ ਨੇ ਬਣਵਾਇਆ। ਉਹ ਬੋਰਡ ਜਿਹੜਾ ਫਿਰ ਉਰਦੂ 'ਚ ਲਿਖਿਆ, ਅਤੇ ਉਹ ਮੈਂ ਜਿਵੇਂ ਅਬਰਪਟਲੀ ਪੜ੍ਹ ਲਿਆ। ਉਹ ਕਹਿੰਦੇ ਬਾਬਾ ਜੀ ਉਰਦੂ ਵੀ ਉਹ ਪੜ੍ਹਿਆ, ਸਾਰੇ ਸਕੂਲ 'ਚ ਘੁੰਮੇ, ਸਾਰੇ ਕਮਰਿਆਂ 'ਚ ਗਏ, ਅਤੇ ਬੱਚੇ ਉੱਠ ਕੇ ਨਾ, ਅਤੇ ਸਮਝ ਲਓ ਬਈ ਉੱਠ ਕੇ ਜਿਵੇਂ ਦਾ ਸਟੈਂਡਿੰਗ ਓਸ਼ਨ ਉਹਨਾਂ ਜਾਣੇ ਉਹ ਕਰਨਾ। ਅਤੇ ਫਿਰ ਮੈਨੂੰ ਕਹਿੰਦੇ ਨੇ ਇੱਕ ਤਾਂ ਵੀ ਬੋਲੋ ਕੁਛ ਬੱਚਿਆਂ ਨੂੰ, ਦਸਵੀਂ ਦੇ ਬੱਚੇ ਸੀ ਏ ਸੈਕਸ਼ਨ ਦੇ। ਮੈਂ ਕਿਹਾ ਬੱਚੋ ਸਾਡੇ ਟਾਈਮ 'ਤੇ ਜਿਹੜੇ ਅੱਛੇ ਸਟੂਡੈਂਟ ਸੀ ਏ ਸੈਕਸ਼ਨ, ਜਿਹੜੇ ਘੱਟ ਜਾਣੇ ਬੀਜ, ਅਤੇ ਸਭ ਤੁਹਾਨੂੰ ਕੰਮੇ ਮੈਂ ਸੀ ਡੀ ਝੋਆ ਕਰਦੇ ਸਾਂ, ਅਤੇ ਆਈ ਹੋਪ ਕਿ ਤੁਸੀਂ ਅੱਛੇ ਬੱਚੇ ਹੋ ਜਿਹੜੇ ਏ ਸੈਕਸ਼ਨ, ਬੜੇ ਅੱਛੇ ਹੋ। ਉਹ ਕਹਿੰਦੇ ਰੀਲੀ ਹੁਣ ਵੀ ਇੱਥੇ ਹੀ ਹੋਈ ਆ। ਮੈਂ ਪੁੱਤ ਗੱਲ ਆ, ਮੈਂ ਇਸ ਸਕੂਲ ਦੇ ਵਿੱਚ ਪੜ੍ਹਿਆ, ਔਰ ਮੈਂ ਕਿਹਾ ਗਰਸਟ ਕਲਾਸ ਦਾ ਵਨ ਅਫਸਰ ਮੈਂ ਪੈਨਸ਼ਨ ਆਇਆ, ਅਤੇ ਬੇਟਾ ਮੈਂ ਤੁਹਾਨੂੰ ਮੈਂ ਇਹੀ ਕਹਾਂਗਾ ਕਿ ਮਿਹਨਤ ਕਰੋ ਅਤੇ ਜ਼ਿੰਦਗੀ ਕਾਮਯਾਬੀਆਂ ਹਾਸਲ ਕਰੋ, ਅਤੇ ਆਪਣੇ ਵਤਨ ਦਾ, ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰੋ। ਬਸ ਇਹ ਮੈਂ ਲੋਕ ਬਾਹਰ ਨਿਕਲ ਅਤੇ ਟੱਗ ਹਵਾਰ ਬੱਚਿਆਂ ਨੂੰ ਹੋ ਰਿਹਾ ਸੀ, ਰਸਤਾ ਖਿਚਾਈ ਲੱਦਣਾ ਸਾਰੇ ਪਾਸੇ ਦੇ, ਇੱਕ ਬੰਨੇ ਦੇ ਜਦੋਂ ਜਲਮੋਹਨ ਸਾਹਿਬ ਅੱਗੋਂ ਗਏ ਘੁੰਮਣਾ ਪਾਸੇ ਆ ਕੇ ਲੱਦਣਾ ਤੁਹਾਨੂੰ ਇੱਕ ਪਾਸੇ। ਉਹ ਮੈਨੂੰ ਪ੍ਰਿੰਸੀਪਲ ਕਹਿੰਦਾ ਬੱਚੇ ਰਸਤਾ ਖਿੱਚਦੇ, ਬਾਬਾ ਜੀ ਤੁਹਾਨੂੰ ਦਿਖਾਈਏ। ਮੈਂ ਕਹਿੰਦੇ ਦੇਖਾਂਗੇ, ਉਹ ਦੇਖਿਆ ਹੀਪਾਂ ਦਾ ਆਉਂਦਾ ਜੀ, ਬੜਾ ਜ਼ੋਰ ਲੱਗਾ ਅੱਛੀਏ ਵਾਲਾ। ਉਹ ਸਾਡੇ ਪਾਸੇ ਮੁੰਡੇ ਜਿੱਟ ਗਏ, ਉਹ ਜਿੜੇ, ਅਤੇ ਉਹ ਮੈਨੂੰ ਕਹਿੰਦੇ ਨਹੀਂ ਕਿ ਬਾਬਾ ਜੀ ਘੁੰਮਣ ਗਏ ਨੇ, ਬਾਬਾ ਜੀ ਸਾਡੇ ਹੀ ਦਾਦੇ ਨਾਲ ਸਾਨੂੰ ਸਪੋਰਟ ਨਹੀਂ ਕੀਤਾ, ਉਹਨਾਂ ਨੂੰ ਕੀਤਾ। ਮੈਂ ਕਿਹਾ ਬੇਟਾ ਬਲੱਡ ਇਜ਼ ਥਿਕਰ ਦੈਨ ਵਾਟਰ, ਅਤੇ ਇਸ ਕਰਕੇ ਬਈ ਉਹ ਮੇਰਾ ਖੂਨ ਹੈ, ਅਤੇ ਮੈਨੂੰ ਬੜੀ ਖੁਸ਼ੀ ਉਹ ਮੁੰਡੇ ਜਿੱਟ ਗਏ। ਫਿਰ ਮੈਂ ਕਿਹਾ ਮੈਨੂੰ ਕਹਿੰਦੇ ਕਮਰਾ ਯਾਦ ਹੈ, ਮੈਂ ਕਿਹਾ ਮੈਨੂੰ ਯਾਦ ਹੈ ਗੈਲਰੀ ਹਾਲ। ਮੈਂ ਕਿਹਾ ਠੀਕ, ਹਾਲ ਹੋਈ ਆ, ਗੈਲਰੀ ਵੀ ਦੇਖੀ। ਮੈਂ ਕਿਹਾ ਗੈਲਰੀ 'ਚ ਜਾ ਕੇ ਜਿੱਥੇ ਪ੍ਰਿੰਸੀਪਲ ਸਾਹਿਬ ਦਾ ਹੁੰਦਾ ਸੀ ਨਾ ਦਫ਼ਤਰ, ਉਹਦੇ ਨਾਲ ਰਾਈਟ ਸਾਈਡ 'ਤੇ ਉਹ ਕਮਰਾ ਹੈਗਾ, ਉੱਥੇ ਲੈ ਗਏ ਜੀ। ਮੈਂ ਜੋ ਦੇਖਿਆ ਉਹੀ ਬਲੈਕ ਬੋਰਡ ਉੱਥੇ ਜਿੱਥੇ ਸਾਰੇ ਟੀਚਰ ਲਿਖਦੇ, ਉਹ ਮੈਂ ਦੇਖਿਆ। ਮੈਂ ਕਿਹਾ ਯਾਰ ਉਹੀ ਬਲੈਕ ਬੋਰਡ ਹੈ, ਉਹੀ ਕਮਰਾ। ਉਹਨਾਂ ਐਡੀਸ਼ਨ ਕੀ ਜਿਹੜਾ ਬੋਰਡਿੰਗ ਸੀ ਡੇ ਬੋਰਡ ਉੱਥੇ ਬੋਰਡਿੰਗ, ਉਹ ਉਹਨਾਂ ਨੇ ਹੋਰ ਜ਼ਿਆਦਾ ਵੱਡਾ ਬਣਾ ਦਿੱਤਾ। ਜਿੱਥੇ ਸਾਡਾ ਕਿਚਨ ਹੁੰਦਾ ਸੀ ਉੱਥੇ ਉਹਨਾਂ ਨੇ ਹੋਰ ਕਮਰੇ ਪਾ ਦਿੱਤੇ। ਮੈਂ ਕਿਹਾ ਉੱਤੇ ਚੁਬਾਰਾ ਹੁੰਦਾ ਸੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ, ਅਤੇ ਗ੍ਰੰਥੀ ਇੱਥੇ ਸਾਡਾ ਗਿਆਨੀ ਦੀਵਾਨ ਸਿੰਘ ਸੀ ਗੁਨੇ ਦਾ, ਉਹ ਪਾਠ ਕਰਦਾ ਹੁੰਦਾ ਸੀ। ਉਹ ਕਹਿੰਦੇ ਉਹ ਕਮਰਾ ਉੱਪਰ ਉਹ ਤਾਂ ਐਜ਼ ਇੱਟ ਜੀ। ਫਿਰ ਕੋਈ ਦਰਖਤ ਲਾ ਜਿਵੇਂ ਆਪਾਂ ਇੱਥੇ ਹਿਸਾਬ ਜੀ ਬੂਟਾ ਪਿੱਪਲ ਵਰਗੀ ਕੀ ਹੁਣ ਕੀ ਕਹਿੰਦੇ ਨੇ, ਉਹ ਜਿਹੜੀ ਯਾਰ ਏਡੇ ਏਡੇ ਲੱਗਦੇ ਨੇ ਬਰਨਾ ਬਰਨਾ, ਉਹ ਦਰਖਤ ਉਹ ਕਹਿੰਦੇ। ਮੈਂ ਕਿਹਾ ਉਹ ਛੋਟਾ ਜਿਹਾ ਸੀ, ਹੁਣ ਤਾਂ ਬਹੁਤ ਬੜਾ ਹੋਇਆ। ਮੈਂ ਕਿਹਾ ਹਾਂ ਉਹ ਦਰਖਤ। ਸੋ ਬੇਟਾ ਬਹੁਤ ਰਿਸ਼ ਕੀਤਾ, ਬੜਾ ਇੰਜੋਏ ਕੀਤਾ ਟੋਮੀ ਸਾਹਿਬ, ਬਈ ਇੱਥੇ ਜੁੜ ਜਾਓ। ਮੈਂ ਦੱਸਾਂ ਰੀਲੀ ਉਹ ਸਾਨੂੰ ਬਹੁਤ ਪਿਆਰ ਸੀ। ਹੁੰਦ ਸਾਹਿਬ ਸਕੂਲ ਤੁਸੀਂ ਗਏ ਜੀ, ਸਕੂਲ ਦੇਖਿਆ, ਅਤੇ ਟੀਚਰ ਵੀ ਯਾਦ ਆਏ ਹੋਣੇ ਆ ਪੁਰਾਣੇ, ਅਤੇ ਨਾਲ ਜਿਹੜੇ ਪੜ੍ਹਦੇ ਰਹੇ ਸੱਜਣ ਵੀ ਯਾਦ ਆਏ ਹੋਣੇ, ਥੋੜ੍ਹਾ ਜਿਹਾ ਇਹ ਵੀ ਇਹਦੇ ਬਾਰੇ ਵੀ ਗੱਲ ਕਰੋ। ਦੇਖੋ ਜੀ ਟੀਚਰ ਜਿਹੜੇ ਸਨ ਸਾਨੂੰ ਜੀ ਕੇ ਜਨਰਲ ਨੌਲੇਜ ਪੜ੍ਹਨ ਲਈ ਸੀ, ਕਰਤਾਰ ਸਿੰਘ ਤੱਖੜ ਸ਼ਬੀਰਪੁਰ ਦੇ ਸਨ, ਅਤੇ ਉਰਦੂ ਸਾਨੂੰ ਪੜ੍ਹਾਉਂਦੇ ਸੀ ਹਜ਼ਾਰਾ ਸਿੰਘ ਬਾਜਵਾ ਬਠਿੰਡੇ ਵਾਲ ਦਾ ਸੀ, ਅੰਗਰੇਜ਼ੀ ਸਾਨੂੰ ਪੰਡਿਤ ਸਰ ਬੰਸਲ ਵਾਲ ਪੜ੍ਹਾਉਂਦੇ ਹੁੰਦੇ ਸੀ, ਛੋਟੇ ਜਿਹੇ ਕਰਦੇ ਲੇਕਿਨ ਬੜੇ ਇੰਟੈਲੀਜੈਂਟ ਸੀਗੇ, ਅਤੇ ਬਾਕੀ ਪਰਸ਼ੀਅਨ ਮੌਲਵੀ ਮਾਨਵ ਸੀ ਪੜ੍ਹਾਇਆ ਕਰਦੇ ਸਨ। ਅਤੇ ਮੈਂ ਕਿਹਾ ਇੱਕ ਵਾਰ ਇੱਕ ਨਜ਼ਮ ਸੀ ਪਰਸ਼ੀਅਨ ਦੀ, ਅਤੇ ਉਹ ਫਿਰ ਕਲਾਸ ਕਰਦੇ ਕਰਦੇ ਕੋਈ ਸੁਣ ਲੈ ਗਏ, ਅਤੇ ਉਹ ਕਹਿੰਦੇ ਇੱਕ ਮੁੰਡਾ ਤੁਫੈਲ ਸੀ ਰੰਗਪੁਰ ਮਹੱਲੇ ਦਾ, ਸਾਹਮਣੇ ਹੁਸ਼ਿਆਰਪੁਰ ਦੇ ਰੰਗਪੁਰ ਮਹੱਲਾ ਸਕੂਲ ਦਾ, ਉਹ ਮੁੰਡਾ ਸਾਨੂੰ ਹੱਟਾ ਕੱਟਾ ਸੀ। ਉਹ ਮੈਨੂੰ ਕਹਿੰਦਾ ਵੀ ਉਹ ਮਾਸਟਰ ਮੌਲਵੀ ਕਹਿੰਦੇ ਸੁਣਾ ਬਾਈ, ਉਹ ਨਹੀਂ ਸੁਣਾ, ਮੈਨੂੰ ਕਹਿੰਦੇ ਮੂੰਹ ਤੋਂ ਚਪੇਜ ਮਾਰ। ਜਾ ਮੈਂ ਲੱਗ ਗਿਆ, ਸਾਨੂੰ ਉੱਚਾ ਸੀ, ਜਦ ਮੈਂ ਤਾਂ ਮੈਨੂੰ ਉਹਨੇ ਅੱਖਾਂ ਲਗਾਈਆਂ, ਮੈਂ ਤੈਨੂੰ ਬਾਹਰ ਕੁੱਟਾਂਗਾ, ਬਾਹਰ ਨਿਕਲ। ਮੈਂ ਨਹੀਂ ਚਪੇਟ ਮਾਰੀ, ਮੈਂ ਵਾਪਸ ਆ। ਮੈਨੂੰ ਮੌਲਵੀ ਕਹਿੰਦੇ ਇਧਰਾ ਚਪੇਟ ਨਹੀਂ ਮਾਰੀ, ਕੱਸ ਕੇ ਮੇਰੇ ਮੂੰਹ 'ਤੇ ਚਪੇਟ ਮਾਰੀ, ਮੇਰੇ ਕੰਨ ਚਾਹੀਦੀ, ਕਹਿੰਦੇ ਇੱਦਾਂ ਮਾਰ ਜਾਂਗੇ। ਮੈਂ ਜੀ ਅੱਖਾਂ, ਕਹਿੰਦਾ ਤੈਨੂੰ ਮਾਰਾਂਗਾ। ਕਹਿੰਦਾ ਅੱਛਾ,
ਦੋ ਚਪੇੜਾਂ ਟੁੰਗ ਮਾਰ, ਬਾਕੀ ਦਾ ਇਲਾਜ ਮੈਂ ਕਰਨਾ। ਮੈਂ ਫਿਰ ਜੀ ਉੱਪਰ ਪੜ੍ਹ ਕੇ ਚਪੇੜਾ। ਤੁਹਾਡੇ ਕਲਾਸ ਫੈਲੋ ਮਿਲਿਆ ਕੋਈ? ਕਲਾਸ ਫੈਲੋ ਕੋਈ ਨਹੀਂ, ਜੇ ਮਿਲਿਆ ਇੱਕ ਮੁੰਡਾ ਸਾਡੇ ਪਿੰਡ ਦਾ ਸੀਗਾ, ਮੌਲਵੀ ਅਬਦੁਲ ਹਕੀਮ ਦਾ ਮੁੰਡਾ ਨਜ਼ੀਰ, ਉਹਦਾ ਲੜਕਾ ਮਿਲ ਗਿਆ। ਨਜ਼ੀਰ ਕਿੱਥੇ ਕਹਿੰਦੇ ਉਹਦੀ ਡੈਥ ਹੋ ਚੁੱਕੀ। ਕਲਾਸ ਫੈਲੋ ਮੇਰਾ ਆਪਣੇ ਕੋਲ ਮਿਲਿਆ। ਇੱਕ ਐਮ ਬੀ ਰਾਈਸ ਦਾ ਮੁੰਡਾ ਸੀ, ਲੱਦਾ ਰਾਈ, ਉਹਦਾ ਮੁੰਡਾ ਐਮ ਬੀ ਪੜ੍ਹਦਾ ਸੀ ਮੇਰਾ। ਇੱਕ ਰਾਈ ਹੋਰ ਸੀਗਾ, ਉਹਦਾ ਮੁੰਡਾ ਅਸੀ, ਉਹਦਾ ਨਾਂ ਯੂਸਫ ਸੀ। ਉਹ ਮੇਰਾ ਡੈਡ ਹੋ ਜਾਵੇ, ਨਹੀਂ ਮਿਲਿਆ ਮੈਨੂੰ। ਮੈਂ ਤਾਂ ਚਾਹੁੰਦਾ ਸੀ ਉਹਨਾਂ ਤੋਂ ਮਿਲਦਾ, ਜੱਫੀਆਂ ਪਾ ਕੇ ਮਿਲਦੇ। ਅਤੇ ਬਿਨਾਂ ਸ਼ੱਕ ਤੁਸੀਂ ਆਪਣੇ ਖੇਤਾਂ ਵੱਲ ਅਤੇ ਖੂਹ ਵੱਲ ਗੇੜਾ ਮਾਨ ਜ਼ਰੂਰ ਗਏ ਹੋਵੋਗੇ, ਇਹ ਇਹਦੇ ਬਾਰੇ ਜ਼ਰੂਰ ਦੱਸੋ। ਧਾਮੀ ਸਾਹਿਬ, ਇਹ ਤੁਸੀਂ ਬਹੁਤ ਹੀ ਪਿਆਰਾ ਜਿਹਾ ਸਵਾਲ ਕੀਤਾ। ਜਿਹੜੀ ਸਾਡਾ ਖੂਹ ਸੀ ਨਾ, ਉਹਦੇ ਲਾਗੇ ਹੀ ਹੁਣ ਤਕਰੀਬਨ ਕਲੋਨੀਆਂ ਦੀਆਂ ਜਿੰਨੀਆਂ ਭਰੀਆਂ, ਉਹ ਜ਼ਮੀਨ ਸਾਰੀ ਕਮਰਸ਼ਲਾਈਜ਼ ਹੋ ਗਈ ਹੈ। ਜਿੱਥੇ ਸਾਡਾ ਖੂਹ ਸੀਗਾ, ਇੱਕ ਖੂਹ ਸਾਡਾ ਸਾਲਮ ਸੀ, ਇੱਕ ਖੂਹ ਸਾਡਾ ਅੱਧ ਸੀਗਾ, ਡੇਢ ਖੂਹ ਸੀ ਸਾਡਾ। ਉੱਥੇ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਇਸ ਖੇਤ ਦੇ ਵਿੱਚ ਉੱਥੇ ਬਰਸੀਨ ਉਹਨਾਂ ਬੀਜਿਆ, ਵੀ ਇੱਥੇ ਤੁਹਾਡਾ ਖੂਹ ਹੋਇਆ ਕਰਦਾ ਸੀ। ਦੂਸਰਾ ਖੂਹ ਨੇ ਦੱਸਿਆ ਉੱਥੇ ਹੋਇਆ ਕਰਦਾ ਸੀ। ਉੱਥੇ ਅੱਜ ਕੱਲ੍ਹ ਸਾਡੀ ਪੈ ਗਈ ਸੀ, ਉੱਥੇ ਚੱਕਵੰਡ ਹੁਣ ਹੋਈ ਕਿ ਸਾਰੀ ਨਕਸ਼ਾ ਹੀ ਬਦਲ ਗਿਆ। ਸਾਡੇ 1960 ਹੋਈ, ਉਹਨਾਂ ਦੇ ਮੇਰੇ ਖਿਆਲ ਕੋਈ 10-12 ਸਾਲ ਹੋਏ ਨੇ ਉਦੋਂ ਹੀ ਚੱਕਵੰਡ। ਅਤੇ ਉਹ ਚੱਕਵੰਡ ਫਿਰ ਉਹ ਜਿਹੜਾ ਸਾਡੀ ਜ਼ਮੀਨ ਸੀ, ਜਿੱਥੇ ਸਾਡੀ ਹਵੇਲੀ, ਸਾਡਾ ਖੂਹ ਸੀ, ਉਹ ਹੁਣ ਹੈਗਾ ਚੌਧਰੀ ਸ਼ਰੀਫ ਦੇ ਦੋਵੇਂ ਮੁੰਡੇ ਅਨਾਇਤ ਅਤੇ ਹਦਾਇਤ, ਜਿੱਥੇ ਉਹਨਾਂ ਡੇਅਰੀ 200 ਮੱਝ ਦੀ ਬਣਾਈ, 200 ਮੱਝ ਜੀ ਉਹਨਾਂ ਕੋਲ। ਕਿਤੇ ਧਾਮੀ ਸਾਹਿਬ ਵੇਖੋ, ਰੂਹ ਖੁਸ਼ ਹੁੰਦਾ ਜਿਹੜੀਆਂ ਮੱਝਾਂ ਅਤੇ ਸਾਈ ਆਦਮੀਆਂ ਗਾਈਆਂ। ਅਤੇ ਉਹ ਹੁਣ ਉੱਥੇ ਆ ਜੀ ਧਰਤੀ ਤਕਰੀਬਨ ਉਹ ਸਾਰੀ ਕਮਰਸ਼ਲਾਈਜ਼ ਹੋ ਗਈ, ਨੀਆਂ ਨੀਆਂ ਪੁੱਟੀਆਂ ਲੋਕਾਂ ਨੇ, ਕਿਸੇ ਦੁਕਾਨਾਂ ਲਈ, ਕਿਸੇ ਕੋਠੀਆਂ ਲਈ, ਜਿੱਦਾਂ ਸਾਡੇ ਇੱਥੇ ਡਿਵੈਲਪਮੈਂਟ ਹੋ ਰਹੀ ਹੈ ਨਾ ਰੀਅਲ ਸਟੇਟ ਦੀ, ਇੱਦਾਂ ਉੱਥੇ ਵੀ ਆ ਰਹੇ। ਕੋਈ ਦਰਖਤ ਮਿਲਿਆ ਜਾਣ ਦਾ ਪਹਿਚਾਣ ਦਾ? ਨਹੀਂ, ਦਰਖਤ ਨਹੀਂ ਜੇ ਮਿਲਿਆ। ਦਰਖਤ ਸਾਡੇ ਟਾਈਮ 'ਤੇ ਸਾਡਾ ਬਾਗ ਸੀਗਾ, ਅਮਰੂਦਾਂ ਦਾ, ਸੰਗਤਰਿਆਂ ਦਾ, ਮਾਲਟੇ ਦਾ ਬਾਗ ਸੀਗਾ। ਉਹ ਦੱਸਦੇ ਕਿ ਤੁਹਾਡੇ ਮਗਰ ਜੋ ਚੱਕਵੰਡ ਹੋਈ ਹੈ ਨਾ, ਬਜ਼ੁਰਗ ਲੋਕਾਂ ਨੂੰ, ਸਾਡਾ 14 ਕਿੱਲੇ ਬਾਗ ਸੀ, ਸਿਉਂ ਬੇਰੀਆਂ ਦਾ, ਮੋਟੇ ਬੇਰੀਆਂ, ਅੱਧਾ ਉਹਨਾਂ ਦਾ ਸੀ, 7 ਕਿੱਲੇ 7 ਕਿੱਲੇ ਸਾਡਾ ਸੀ। ਹੁਣ ਉੱਥੇ ਕੋਈ ਬਾਗ ਹੋਏ, ਅੱਧਾ ਜੋ ਬਾਬੇ ਦੇ ਬੇਦ ਸਾਹਿਬ ਗਿਆ ਤਾਂ ਬੇਚ ਗਏ, ਮੈਂ ਪੱਤੇ ਆਉਂਦੇ, ਮੈਂ ਕਿਹਾ ਚੱਲ ਸਾਡੇ ਬੱਚੇ ਉਹਨਾਂ ਨੂੰ। ਫਿਰ ਉੱਥੋਂ ਦੀ ਆਪਣੇ ਖੇਤਾਂ ਦੀ ਧਰਤੀ ਧਾਮੀ ਸਾਹਿਬ, ਮੈਂ ਮਿੱਟੀ ਲਿਆਇਆ ਲਿਫਾਫੇ 'ਚ ਪਾ ਕੇ, ਉਹ ਕੱਲ੍ਹ ਅਸੀਂ ਆਪਣੇ ਘਰ ਪੈ ਗਈਆਂ, ਜੋ ਸੁੱਟੀ ਆਪਣੇ ਭਰਾ ਨੂੰ ਦਿੱਤੀ, ਮੈਂ ਲੈ ਆਉਂਦਾ ਮਿੱਟੀ ਲੈ ਕੇ ਘਰ, ਇਨਸਾਈਡ ਰੁਪਏ ਆਪਣੀਆਂ ਪੈ ਗਈਆਂ। ਹਿੰਦੂ ਸਾਹਿਬ, ਉਸ ਧਰਤੀ 'ਤੇ ਜਾ ਕੇ ਜਿੱਥੇ ਤੁਹਾਨੂੰ ਆਪਣਾ ਉਹ ਪਰਿਵਾਰ ਯਾਦ ਆਇਆ ਹੋਣਾ, ਮੁਹੰਮਦ ਸ਼ਫੀ ਹੋਣਾ ਦਾ, ਬਿਲਕੁਲ ਬਿਲਕੁਲ, ਜਿਹੜੇ ਤੁਰ ਗਏ ਦੁਨੀਆ ਤੋਂ, ਜਿਨ੍ਹਾਂ ਨੇ ਜਦੋਂ ਵੰਡ ਹੋਈ ਤੁਹਾਡਾ ਬੂਹਾ ਮੱਲ ਲਿਆ ਸੀ ਕਿ ਤੁਹਾਨੂੰ ਜਾਣ ਨਹੀਂ ਦੇਣਾ, ਅਤੇ ਬਿਨਾਂ ਸ਼ੱਕ ਆਪਣੀ ਬੇਬੇ ਬਾਪੂ ਵੀ ਯਾਦ ਆਏ ਹੋਣੇ। ਬਾਬਾ ਅਮਰਦਾਸ ਸਿੰਘ ਜੀ ਸਾਡੇ ਦਾਦੇ ਦੇ ਭਰਾ, ਉਹ ਬੜੇ ਯਾਦ ਆਏ। ਅਮਨ ਵਾਲੇ ਯਾਦ ਆਉਂਦਾ ਕਿ ਸਾਡੇ ਉਹ ਬਾਹਰਲੇ ਬੂਹੇ ਅੱਗੇ ਹੁੱਕਾ ਪਾ ਕੇ ਬਹਿ ਗਏ ਰਾਤ ਦੇ, ਤੁਸੀਂ 11:30-12 ਵਜੇ ਤੱਕ ਵੀ ਮੈਂ ਜਾਣ ਨਹੀਂ ਦੇਣਾ। ਅਸੀਂ ਕਹਿਣਾ ਬਾਬਾ ਜੀ ਸਾਨੂੰ ਕੋਈ ਮਾਰ ਲੇਗਾ, ਉਹ ਕਹਿੰਦੇ ਮੇਰੀ ਮੰਜੀ ਥੱਲੇ ਵੱਜ ਜਾਓ, ਮੈਨੂੰ ਕੋਈ ਮਾਰ ਲੇਗਾ ਫਿਰ ਕੋਈ ਤੁਹਾਨੂੰ ਮਾਰੇਗਾ। ਅਸੀਂ ਉਹਨਾਂ ਨੂੰ ਬਾਹਰੋਂ ਉੱਥੇ ਘੱਲ ਕੇ, ਬਾਅਦ 'ਚ ਧੋਖਾ ਦੇ ਕੇ ਉਹਨਾਂ ਨੂੰ ਅਸੀਂ ਆ ਗਏ ਭੁਲੇਖੇ 'ਚ ਰੱਖ ਕੇ। ਔਰ ਮੈਨੂੰ ਪਤਾ ਲੱਗ ਕਿ ਨੈਕਸਟ ਮਾਰਨਿੰਗ ਜੋ ਉਹਨਾਂ ਨੂੰ ਪਤਾ ਲੱਗਾ ਕਿ ਇਹੀ ਵੈਪ ਬੇਟਰਲੀ ਬਜ਼ੁਰਗ ਆਦਮੀ ਕਹਿੰਦਾ ਜੀ ਮੇਰੀਆਂ ਬਾਹਾਂ ਭੱਜ ਗਈਆਂ। ਅਤੇ ਚੌਰੀ ਮੁਹੰਮਦ ਸ਼ਫੀ ਦੇ ਜੀ ਜੋ ਸਾਨੂੰ ਕੈਂਪ ਛੱਡ ਕੇ ਗਿਆ, 9-10 ਜਵਾਨ ਮੁੰਡੇ ਆਪਣੇ, ਉਹਨਾਂ ਦੇ ਮੁਸਲਿਮ 9-10 ਸਾਡੇ, ਉਹਨਾਂ ਨੂੰ ਬਕਾਇਦਾ ਬਰਛੇ ਬੁਰਛੇ ਤਲਵਾਰਾਂ ਫੜ ਕੇ ਅਤੇ ਕਹਿਣ ਲੱਗ ਗਏ, ਆਪਣੀ ਘੋਲੀ ਲਾਈ ਸੀ ਬਰਸ਼ਾਤ ਸੀ, ਆਖਣਗਾ ਕਿਸੇ ਦੀ ਮਜ਼ਾਕ ਹੈ ਸਾਡੇ ਜੀਆਂ ਨੂੰ ਕੋਈ ਟੱਚ ਵੀ ਕਰ ਸਕੇ, ਸਾਨੂੰ ਕੈਂਪ ਛੱਡ ਗਿਆ। ਫਿਰ ਸਾਡਾ ਬਾਪ ਜਦੋਂ ਉੱਥੇ ਸਾਰੇ ਤਕਰੀਬਨ ਪਿੰਡ ਨੇ ਕਿੰਨੀ ਚਾਬੀਆਂ ਦਿੱਤੀਆਂ, ਚੌਰੀ ਮੁਹੰਮਦ ਸ਼ਫੀ, ਲੋਕਾਂ ਨੂੰ ਇਹ ਸੀਗਾ 10 ਦਿਨ ਰੌਲਾ ਪੈਣਾ, ਅਸਾਂ ਫਿਰ ਆ ਜਾਣਾ ਅਤੇ ਚੌਰੀ ਮੁਹੰਮਦ ਸ਼ਫੀ। ਤਾਂ ਉਸੇ ਮਰਦਾਂ ਦਾ ਕੰਮ ਇਹ ਕੀਤਾ ਜੇ ਸਾਰੇ ਪਿੰਡ ਦੇ ਦਾਣੇ ਨੂੰ ਇਕੱਠੇ ਕਰਕੇ ਨਾ, ਇੱਕ ਸਾਡਾ ਚਾਚਾ ਹੀ ਲੱਗਦਾ ਸੀ ਉਹਦੇ ਘਰ 'ਚੋਂ, ਉਹ ਖੁਲਾਵੇ ਦਾ ਸੀ, ਉੱਥੇ ਦਾਣੇ ਸਾਰੇ ਸਟੋਰ ਕੀ ਘਰਾਂ ਦੀਆਂ ਪੇਟੀਆਂ, ਮਿਸਾਲ ਦੇ ਤੌਰ 'ਤੇ 2 ਪੇਟੀਆਂ ਦੇ ਸੰਦੂਕ ਸਾਰੇ ਘਰ ਹੀ ਕੱਪੜ ਦਾ ਭਰਿਆ ਸੀ, ਉਹ ਸਾਰੇ ਕਢਵਾ ਕੇ ਉਹਨੇ ਲੇਬਰ ਜਿਹੀ ਪਿੰਡਿਆਂ ਨੂੰ ਨਾਲ ਲਾ ਕੇ ਦੋਸਤੀ ਸਾਰੇ ਜਿੰਨੇ ਇੱਧਰੋਂ ਗਏ ਮਹਾਜਰ ਇੰਡੀਆ ਵੱਲੋਂ, ਇਹਨਾਂ ਸਾਰਿਆਂ ਨੂੰ ਫਰਕੋ ਫਰਕੀ ਦਾਣੇ ਵੀ, ਅਜਾਈਆਂ ਵੀ, ਕੱਪੜ ਵੀ ਉਹ ਦਿੰਦਾ ਹੈ। ਇਹ ਉਸਨੇ ਬਹੁਤ ਇੱਕ ਨੋਬਲ ਕੰਮ ਕੀਤਾ, ਇਹ ਨਹੀਂ ਵੀ ਕੋਈ ਜੁੱਟ ਕੇ ਲੈ ਜਾਏਗਾ, ਨਾ ਉਸ ਕਿਹਾ ਮੈਂ ਆਪ ਵੰਡਾਂਗਾ, ਸਾਰਿਆਂ ਨੂੰ ਦਾਣੇ ਵੀ ਦਿੰਦਾ ਰਿਹਾ, ਕੱਪੜੇ ਵੀ ਦਿੰਦਾ ਹੈ। ਅਤੇ ਉਹਦੀ ਇਸ ਕਰਕੇ ਅੱਜ ਉਹਦੀ ਫੈਮਿਲੀ ਨੂੰ ਇਹਨਾਂ ਰੱਬ ਨੇ ਭਾਗ ਲਾਇਆ ਕਿ ਕਿਸੇ ਗੱਲ ਦੀ ਕਮੀ ਨਹੀਂ। ਵੱਡਾ ਵੱਡਾ ਪੜੋਤਾ ਆ ਪੋਤਾ ਸਾਈਂ ਫਕੀਰ ਸਾਈਂ ਪੁੱਤਰ ਸੀ, ਉਹਦੇ ਪੁੱਤਰ ਸਬਦਨ ਹੀ 3 ਭਰਾ, ਸਬਦਨ ਦੇ 4 ਮੁੰਡਿਆਂ ਦੇ ਵੱਡਾ ਵਕੀਲ ਸਾਡੇ ਧਾਮੀ ਸਾਹਿਬ ਤੋਂ ਉੱਚਾ ਲੰਮਾ, ਬਹੁਤ ਸੋਹਣਾ ਜਵਾਨ ਹੈ, ਉਹ ਪ੍ਰੈਕਟਿਸ ਕਰਨ ਲਿਆ ਸਿਆਲਕੋਟ। ਉਹਦੂ ਛੋਟਾ MBBS ਡਾਕਟਰ ਹੈ ਜਹਾਂਜ਼ੇਬ, ਉਹਦੂ ਛੋਟਾ ਔਰੰਗਜ਼ੇਬ ਉਹਦਾ ਨਾਂ ਹੈ, ਉਹ ਇੰਸਪੈਕਟਰ ਪੁਲਿਸ, ਉਹਦੂ ਛੋਟਾ ਇੰਜੀਨੀਅਰਿੰਗ ਕਰਨ ਲਿਆ, ਸਾਰੀ ਆਪ ਹੀ ਨੌਕਰੀ ਕਰਨ ਲਿਆ। ਮੁੰਦਲ ਸਾਹਿਬ ਦੀਆਂ ਗੱਲਾਂ ਤੋਂ ਬਿਲਕੁਲ ਹਰ ਕੋਈ ਮਹਿਸੂਸ ਕਰ ਸਕਦਾ ਕਿ ਮੁਹੱਬਤ ਨਾਲ ਨੱਕੋ ਨੱਕ ਭਰੇ ਹੋਏ ਆ।
ਇਹ ਮੌਕਾ ਸਾਰਿਆਂ ਨੂੰ ਨਹੀਂ ਮਿਲਿਆ। ਲੋਕ ਤੜਫਦੇ ਮਰ ਗਏ, ਵਿਲਕਦੇ ਮਰ ਗਏ, ਲੇਕਿਨ ਇਹ ਭਾਗਾਂ ਵਾਲਿਆ। ਦੂਜੀ ਗੱਲ ਇਹ ਆ ਵੀ ਸਿਰਫ ਇਹਨਾਂ ਨੂੰ ਉੱਥੇ ਵਿਚਰਨ ਦਾ ਮੌਕਾ ਹੀ ਨਹੀਂ ਮਿਲਿਆ, ਇਹਨਾਂ ਨੂੰ ਮੁਹੱਬਤ ਬਹੁਤ ਮਿਲੀ। ਅੱਛਾ ਬਾਬਾ ਜੀ, ਜਿਹੜਾ ਲਹਿੰਦਾ ਪੰਜਾਬ ਤੁਸੀਂ ਛੱਡ ਕੇ ਆਏ ਸੀ ਅਤੇ ਹੁਣ ਜਦੋਂ ਗਏ 70 ਸਾਲਾਂ ਬਾਅਦ, ਕੋਈ ਤਬਦੀਲੀ? ਕਾਫੀ ਜ਼ਿਆਦਾ ਜੀ, ਬਹੁਤ ਤਬਦੀਲੀ। ਇੱਕ ਤਾਂ ਮੱਝਾਂ ਮੈਂ ਦੇਖਿਆ ਕਿ ਲੋਕ ਮੱਝਾਂ ਬੜੇ ਸ਼ੌਕ ਨਾਲ, ਮਾੜੇ ਤੋਂ ਮਾੜੇ ਜੱਟ ਕੋਈ ਪਾਉਂਦਾ ਮੱਝਾਂ ਵੱਜੀਆਂ, ਸਾਈਜ਼ ਇਨਕਮ ਹੀ ਹੋ ਗਈ ਤੁਹਾਡੀ। ਅਤੇ ਦੂਸਰਾ ਆਉਂਦੇ ਨੇ ਵੀ ਜਿਸ ਕਿਸਾਨ ਦੀ ਖੁੱਲੀ ਅਤੇ 10 ਪਾਸੋਂ ਨਹੀਂ ਵੱਜੇ ਉਹ ਜੱਟ ਕਰ। ਦੇਖੋ ਆਪਾਂ ਕਹਿੰਦੇ ਹਾਂ ਮਾਲ ਡੰਗਰ, ਪਹਿਲਾਂ ਉਹਨੇ ਮਾਲ ਡੰਗਰ ਦੀ ਸੁਣਾਓ ਜੀ ਕਿੱਦਾਂ ਕੀ ਹਾਲ। ਇਹ ਚੀਜ਼ ਮੈਂ ਦੇਖੀ ਹੈ। ਦੂਸਰਾ ਉੱਥੇ ਮੈਂ ਦੇਖਿਆ ਵੀ ਹੁਣ ਬਾਅਦ ਦੇ ਵਿੱਚ ਘਰ ਘਰ ਦੀ ਛੋਟੀ ਮੋਟੀ ਇੰਡਸਟਰੀ ਬਣੀ ਹੈ, ਹਰ ਘਰ 'ਚ ਕੋਈ ਕਾਂਡੀ ਬਣਾ ਰਿਹਾ, ਕੋਈ ਸਰਦੀ ਦੇ ਔਜ਼ਾਰ ਬਣਾ ਰਿਹਾ, ਕੋਈ ਕਈਆਂ ਰੰਬੇ ਦਸਤੇ ਬਣਾ ਰਿਹਾ, ਹਾਂਜੀ ਕੋਈ ਕੁਛ ਬਣਾ ਰਿਹਾ, ਕੋਈ ਕੁਛ ਬਣਾ ਰਿਹਾ, ਕੈਂਚੀਆਂ ਬਣਾ ਰਿਹਾ। ਜੱਟ ਵੀ ਇਹ ਜ਼ਮੀਨਾਂ, ਉਹ ਕਹਿੰਦੇ ਜ਼ਮੀਨ ਦੀ ਤਾਂ ਆਉਂਦੇ 6 ਮਹੀਨੇ ਬਾਅਦ ਆਉਣੀ, ਔਰ ਬਕਾਇਦਾ ਨਾਲ ਇੱਕਦਾ ਉਹਨਾਂ ਦਾ ਘਰ ਦਾ ਹੀ ਬੰਦਾ ਕੰਮ ਕਰਦਾ, ਪਲੱਸ ਉਹਨਾਂ ਨਾਲ ਲੇਬਰ ਵੀ ਲਾਈ। ਅਤੇ ਬਾਕੀ ਜਵਾਨ ਬੜੇ ਬੜੇ, ਮੈਂ ਨਹੀਂ ਦੇਖਿਆ ਧਾਮੀ ਸਾਹਿਬ, ਤੁਹਾਡੇ ਘੱਟ ਮੈਂ ਜਵਾਨ ਕੋਈ ਦੇਖਿਆ, ਔਰ ਜ਼ਿੰਦਾ ਰਹਿ ਬੰਦੇ, ਜ਼ਿੰਦਾ ਰਹਿ। ਤੁਹਾਡੇ ਪਿੰਡ ਹੁੰਦਲ ਨੂੰ, ਜਿਹਨੂੰ ਕਿ ਤੁਸੀਂ ਮੈਨੂੰ ਲੱਗਦਾ ਬਹੁਤ ਪਿਆਰ ਕਰਦੇ ਹੋਵੋਗੇ, ਉਹਨੂੰ ਸਿਆਲਕੋਟ ਨੇ ਲਗਭਗ ਨਿਗਲ ਲਿਆ, ਬਿਲਕੁਲ ਇਹਦਾ ਦੁੱਖ ਹੈਗਾ। ਕੁਛ ਪੋਰਸ਼ਨ ਜਿਹੜੇ ਨੇ ਉਹ ਅਰਬਨਾਈਜ਼ ਹੋ ਗਏ ਨੇ, ਜਿਵੇਂ ਭਾਈ ਸ਼ਹਿਰਾਂ ਦੇ ਹੁੰਦੇ ਨੇ, ਹੋ ਗਏ ਨੇ। ਲੇਕਿਨ ਚਲੋ ਕਾਲੇ ਵਾਲੀ ਸਾਈਡ ਵੱਲੋਂ ਆਈਏ, ਗਿੱਲਾਂ ਵੱਲੋਂ ਆਈਏ, ਉਹ ਸੜਕਾਂ ਦੇ ਹੁੰਦਾ 'ਚ ਬੜੀ ਹੈ, ਅਤੇ ਉਹ ਜਿਹੜੀ ਪੁਰਾਣੀ ਜਿਹੜੀ ਦੁੱਖ ਹੈ ਨਾ ਉਹ ਅਜੇ ਹੈਗੀ ਹੈ, ਲੇਕਿਨ ਮੋਸਟਲੀ ਹੁਣ ਸ਼ਹਿਰ ਵਾਂਗੂ ਹੀ ਹੋ ਗਿਆ। ਅਤੇ ਘਰ ਤੁਹਾਨੂੰ ਆਪਣਾ ਘਰ ਲੱਭ ਪਿਆ? ਹਾਂ ਮੈਂ ਆਪਣੇ ਘਰ ਗਿਆ ਜੀ, ਬੜੀ ਭੀੜੀ ਗਲੀ ਹੈ। ਉਹ ਹੈਗੇ ਨੇ ਜੀ ਢੇਲੀ, ਜਿਨ੍ਹਾਂ ਨੇ ਮਕਾਨ ਉਹ ਲਿਆ ਹੁਣ ਜਗ੍ਹਾ, ਔਰ ਉਹ ਡਬਲ ਸਟੋਰੀ ਉਹ ਪਾ ਰਹੇ ਸਨ, ਔਰ ਸਾਡੇ ਜੀਆਂ ਖੋਰੇ ਕਿਹਾ ਸੀ ਉਹ ਸਾਡੇ ਪਸਾਰ ਨੂੰ ਸੀ ਨਾ ਮੀਨਾ ਖਾਈ ਜਾਂ ਦਰਵਾਜ਼ਾ ਲੱਕੜ ਦਾ, ਬਹੁਤ ਜ਼ਿਆਦਾ ਉੱਥੇ ਐਮਬਰਾਇਡਰੀ ਹੋਈ ਸੀ, ਉਹਨਾਂ ਨੇ ਫਿਰ ਉਹ ਰੱਖਿਆ ਸੀ। ਜਿਉਂ ਕਹਿਣਗੇ ਆਹ ਤੁਹਾਡਾ ਘਰ ਹੈ, ਉਹ ਫਿਰ ਦਰਵਾਜ਼ਾ ਮੈਨੂੰ ਦਿਖਾਇਆ, ਮੈਂ ਕਿਹਾ ਹਾਂ ਸਾਡੇ, ਕਹਿੰਦੇ ਵੀ ਦਾਦੇ ਦੇ ਟਾਈਮ ਦਾ ਦਰਵਾਜ਼ਾ ਲੱਗਾ ਸੀ, ਉਹ ਮੈਨੂੰ ਉਹਨਾਂ ਦਿਖਾਇਆ। ਲੇਕਿਨ ਹੁਣ ਸਾਰਾ ਪਿੰਡ ਹੀ ਓਵਰਹਾਲ ਹੋ ਗਿਆ ਸਾਰੇ, ਉਹ ਦਰਵਾਜ਼ਾ ਮਿਲ ਗਿਆ, ਦਰਵਾਜ਼ਾ ਦਿਖਾਇਆ, ਉਹ ਮੈਂ ਪਛਾਣ ਲਿਆ, ਮੈਂ ਕਿਹਾ ਹਾਂ ਇਹ ਸਾਡੇ ਬੜੇ ਕਮਰੇ ਦਾ ਦਰਵਾਜ਼ਾ ਸੀ। ਘਰ 'ਚ ਜਦੋਂ ਐਂਟਰ ਕੀਤੇ ਫਿਰ ਮਾਂ ਪਿਓ ਦੀ ਯਾਦ ਵੀ ਆਈ? ਆਈ ਬਿਲਕੁਲ, ਇਸ ਘਰ 'ਚ ਅਸੀਂ ਖੇਡੇ, ਇਸ ਘਰ 'ਚ ਅਸੀਂ ਮਾਂ ਕੋ ਕੁੱਟੀ ਖਾਧੀ। ਜਿੰਨੀ ਮੁਹੱਬਤ ਤੁਹਾਨੂੰ ਮਿਲੀ ਆ, ਇਹਨੂੰ ਤੁਸੀਂ ਸੌਖਿਆਂ ਹੀ ਪਚਾ ਲਿਆ ਜਾਂ ਪਚਾ ਲਉਂਗੇ? ਦੇਖੋ ਜੀ ਕਹਿੰਦੇ ਮੈਂ ਦਾ ਹਾਰਟ ਇਜ਼ ਫੁੱਲ ਦਾ ਟੰਗ ਇਜ਼ ਸਾਇਲੈਂਟ, ਦਿਲ ਇੰਨਾ ਉਹਨਾਂ ਦੇ ਪਿਆਰ ਨਾਲ ਭਰ ਗਿਆ ਕਿ ਮੈਂ ਮੂੰਹ ਕੁਛ ਕਹਿ ਨਹੀਂ ਸਕਦਾ। ਲੇਕਿਨ ਇਹ ਯਾਦਾਂ ਇੱਕ ਐਸੀਆਂ ਧਾਮੀ ਸਾਹਿਬ ਤੁਹਾਡੀ ਬਦੌਲਤ ਆਪਣੇ ਦਿਲ 'ਚ ਛੁਪਾ ਕੇ ਰੱਖੀਆਂ, ਟਿਲ ਦਾ ਲਾਸਟ ਬ੍ਰੈਥ ਆਫ ਮਾਈ ਲਾਈਫ ਮੈਂ ਕਦੇ ਭੁੱਲ ਨਹੀਂ ਸਕਦਾ, ਔਰ ਮੈਂ ਵਿੱਚ ਵਿਦ ਮਾਈ ਓਨ ਸੈਲਫ ਮੈਂ ਇੰਜੋਏ ਕਰਾਂਗਾ ਇਹਨੂੰ, ਔਰ ਮੈਂ ਹੁਣ ਵੀ ਬੜੀ ਮੁਸਤਰਦ ਫੀਲ ਕਰਦਾ ਵੀ ਇਹ ਕਦੇ ਮੇਰੀ ਜ਼ਿੰਦਗੀ ਦੇ ਜੇ ਕੋਈ ਬੈਸਟ ਮੂਮੈਂਟਸ ਮੇਰੀ ਲਾਈਫ 'ਚ ਹੈਗੇ ਤਾਂ ਉਹੀ। ਇਹ ਜਿਹੜੇ ਲੋਕ ਇੱਧਰੋਂ ਗਏ 47 'ਚ ਉੱਜੜ ਕੇ, ਜੀ ਜੀ, ਬਿਨਾਂ ਸ਼ੱਕ ਆਪਣੇ ਇਲਾਕੇ ਨੂੰ ਆਪਣੇ ਪਿੰਡਾਂ ਨੂੰ ਯਾਦ ਕਰਦੇ, ਕੁਛ ਤਾਂ ਤੁਰ ਗਏ ਕੁਛ ਬਚੇ ਹੋਣਗੇ ਜਾਂ ਉਹਨਾਂ ਦੀ ਔਲਾਦ। ਤੁਹਾਨੂੰ ਕਿੰਨੇ ਕੁ ਲੋਕ ਮਿਲੇ ਜਿਨ੍ਹਾਂ ਨੇ ਆਪਣੇ ਪਿੰਡ ਲਈ ਤੜਫ ਮਹਿਸੂਸ ਕੀਤੀ ਔਰ ਤੁਹਾਡੇ ਨਾਲ ਸ਼ੇਅਰ ਕੀਤੀ? ਦੇਖੋ ਜੀ ਮੈਂ ਪਹਿਲੋਂ ਅਰਜ਼ ਕੀਤੀ ਹੈ ਵੀ ਜਿਹੜੇ ਹੁੰਦੇ ਹੀ ਰਾਏ ਸਾਹਿਬ ਦਾ ਘਰ ਹੈ, ਜਿਵੇਂ 500 ਏਕੜ ਜ਼ਮੀਨ ਲਈ ਹੈ ਹੁੰਦਾ ਨਹੀਂ ਲਹਿੰਦੇ ਵਾਲਾ, ਉਹ ਹੈ ਭੈਣੀ ਪਸਵਾਲ ਹੈ ਬਿਆਸ ਦੇ ਕੰਢੇ ਪਿੰਡ, ਇੱਥੋਂ ਗਏ ਨੇ, ਉਹ ਬੜਾ ਯਾਦ ਕਰਦੇ ਆ। ਫਿਰ ਇੱਕ ਹੈਗੇ ਆ ਇੱਥੇ ਕਧਾਰ ਜੱਟਾਂ ਦਾ ਪਿੰਡ, ਜਿਹੜੀ ਗੜੀ ਵਾਲੋਂ ਸੜਕ ਜਾਂਦੀ ਟਾਂਡੇ ਨੂੰ, ਉੱਥੇ ਉੱਥੋਂ ਦੇ ਆਏ, ਉਹ ਕਹਿੰਦੇ ਯਾਰ ਸਾਡੇ ਪਿੰਡ ਜਾ ਕੇ ਵੇਖੋ ਕਿੱਦਾਂ ਦਾ ਪਿੰਡ ਹੈ ਸਾਡਾ, ਬੜਾ ਦਿਲ ਕਰਦਾ। ਇੱਕ ਹੈਗੇ ਨੇ ਸਾਡੇ ਰਾਣਾ ਜੀ, ਇਸ ਤਰ੍ਹਾਂ ਇੱਕ ਬਟਾਲੇ ਦਾ, ਉਸਨੇ ਮੈਨੂੰ 2 ਕਿਤਾਬਾਂ ਦਿੱਤੀਆਂ, ਕਹਿੰਦਾ ਜੇ ਹਾਈ ਸਕੂਲ 'ਚ ਮੈਂ ਪੜ੍ਹਦਾ ਸਾਂ ਉਹ ਹਾਈ ਸਕੂਲ 'ਚ ਜਾ ਕੇ ਕਿਤਾਬਾਂ ਦੇਣੀਆਂ, ਉਹ ਮੈਨੂੰ ਸਪੈਸ਼ਲੀ ਇਸ ਕੰਮ ਵਾਸਤੇ ਬਟਾਲੇ ਜਾਣਾ ਪੈਣਾ ਗਵਰਨਮੈਂਟ ਜਿਹੜਾ। ਕਿ ਜਿਹੜੇ ਤੁਹਾਨੂੰ ਕੰਧਾਲਾ ਜੱਟਾਂ ਦੇ ਮਿਲੇ, ਮੇਰੇ ਨਾਨਕਿਆਂ ਦਾ ਪਿੰਡ ਹੈ ਜੀ ਉਹ। ਵਾਹ ਵਾਹ, ਕਿੱਥੇ ਰਹਿ ਰਹੇ ਆ? ਲੱਡਾਂ ਤੋਂ ਥੱਲੇ ਪਿੰਡ, ਮੇਰੇ ਖਿਆਲ ਜੰਡੂ ਹੈ, ਜੰਡੂਆਂ ਆਏ ਸੀ, ਉਹ ਵਿਚਾਰੇ ਤਰਸ ਰਹੇ ਆ ਵੀ ਕਿਤੇ ਜਾ ਕੇ ਅਸੀਂ ਆਪਣਾ ਪਿੰਡ ਦੇਖ, ਅਤੇ ਮੈਨੂੰ ਕਹਿੰਦੇ ਤੁਸੀਂ ਕਿਸਮ ਦਾ ਆਪਣਾ ਪਿੰਡ ਵੇਖ ਚੱਲੇ ਹੋ, ਕਿਤੇ ਰੱਬ ਸਾਨੂੰ ਅੱਲਾਹ ਤਾਲਾ ਸਾਨੂੰ ਨਹੀਂ ਦਿਖਾਇਆ ਆਪਾਂ। ਫਿਰ ਇੱਕ ਸਾਡੇ ਉਨੇ ਦੇ ਹੁਸ਼ਿਆਰਪੁਰ ਦੇ, ਇੱਥੋਂ ਦੇ ਲੁਧਿਆਣੇ ਦੇ, ਇੱਕ ਅੰਬਾਲੇ ਦਾ ਸੱਚ ਆ, ਕਹਿੰਦਾ ਬਾਬਾ ਜੀ ਸਾਡੇ ਅੰਬਾਲੇ ਜਾਇਓ ਅਤੇ ਅੰਬਾਲੇ ਦਾ ਪਤਾ ਮੈਨੂੰ ਦੱਸਿਓ। ਉਹ ਲੋਕ ਜਿਨ੍ਹਾਂ ਨੇ ਤੁਹਾਨੂੰ ਬਹੁਤ ਪਿਆਰ ਦਿੱਤਾ, ਘਰ ਸੱਦਿਆ ਜਾਂ ਕਈ ਘਰ ਨਹੀਂ ਸੱਦ ਸਕੇ ਮਿਲਣ ਆਏ, ਕੁਝ ਨਾਂ ਯਾਦ ਹੋਏ? ਹਾਂਜੀ, ਮੈਂ ਜਦੋਂ ਮੈਂ ਚੱਲਣਾ ਸੀ ਉਹ ਮੇਰਾ ਯਾਰ ਜਿਹੜਾ ਮੇਅਰ ਸੀ, ਉਦੋਂ ਨੂੰ ਪਤਾ ਲੱਗਾ ਕਿ ਉਹਦੇ ਪਤਾ ਨਹੀਂ ਭਤੀਜੇ ਕਿ ਭਰਾ ਦੀ ਡੈਥ ਐਵਰਵਾਈਜ਼ ਉਸਨੇ ਆਉਣਾ ਸੀ, ਔਰ ਉਸ ਕਹਿੰਦਾ ਸੀ ਭਰਾ ਮੇਰੇ ਕੋਲ ਜਰਿਆ ਨਹੀਂ ਜਾਣਾ, ਤੂੰ ਜਦੋਂ ਜਾਣਾ ਨਾ ਅਤੇ ਮੈਂ ਕਿੱਦਾਂ ਤੈਨੂੰ ਜਾਂਦੇ ਨੂੰ ਦੇਖਾਂਗਾ। ਅੱਜ ਮੈਨੂੰ ਮੈਸੇਜ ਆਇਆ ਇੱਕ ਕਿ ਦਾਦਾ ਜੀ ਅਸੀਂ ਤੁਸੀਂ ਜਨਮ ਪਾਉਂਦੇ ਤੁਹਾਡੀਆਂ ਅੱਖਾਂ ਨਾਮ ਨਾਮ ਦੇਖੀਆਂ ਅਤੇ ਅਸੀਂ ਬਹੁਤ ਰੋਏ,
ਮੈਨੂੰ ਵੀ ਬਾਕੀ ਠੀਕ ਇਹਨਾਂ ਨੇ ਪਿਆਰ ਗਿਆ ਲਵ ਗਿਆ ਗੈਸਟ ਲਵ ਜੋ ਮੈਂ ਦੇਖੇ ਸਾਰੇ ਰੋਂਦੇ ਮੈਨੂੰ ਹੀ ਆ ਗਿਆ ਬਾਈ ਇੱਥੋਂ ਬਣੇ ਮੇਰੇ ਹੀ ਨਿਕਲਾ ਫਿਰ ਉਹਨਾਂ ਫੜ ਕੇ ਮੈਨੂੰ ਗੱਡੀ 'ਚ ਬਿਠਾਇਆ ਆਈ ਗਾਟ ਸੋ ਇਮੋਸ਼ਨਲ ਅਤੇ ਇਹ ਜਿਹੜੀ ਗੱਲ ਤੁਸੀਂ ਹੁਣ ਕਹਿਣਾ ਚਾਹੁੰਦੇ ਹਾਂ ਇੱਧਰੋਂ ਜੀ ਆਪਣੀ ਇਸ ਨਵੀਂ ਧਰਤੀ ਤੋਂ ਘੋਗਰੇ ਤੋਂ ਜੀ ਹੁੰਦਲ ਵਾਲਿਆਂ ਨੂੰ ਜਾਂ ਆਂਢੀਆਂ ਗਵਾਂਢੀਆਂ ਨੂੰ ਜਾਂ ਜਿਨ੍ਹਾਂ ਨੇ ਮੁਹੱਬਤ ਦਿੱਤੀ ਜਾਂ ਉਸ ਲਹਿੰਦੇ ਪੰਜਾਬ ਦੀ ਧਰਤੀ ਦੇ ਵਾਸੀਆਂ ਨੂੰ ਜਿਨ੍ਹਾਂ ਨੇ ਤੁਹਾਨੂੰ ਮੁਹੱਬਤ ਨਾਲ ਭਰ ਦਿੱਤਾ ਉਹ ਗੱਲ ਹੁਣ ਕਹੋ ਸੁਨੇਹਾ ਦਿਓ ਬਸ ਜੀ ਮੇਰਾ ਇਹੋ ਹੀ ਸੁਨੇਹਾ ਇਹੋ ਹੀ ਮੈਸੇਜ ਹੈ ਮੇਰਾ ਇਸ ਪੰਜਾਬ ਦੇ ਲੋਕਾਂ ਨੂੰ ਵੀ ਅਤੇ ਉਸ ਪੰਜਾਬ ਦੇ ਲੋਕਾਂ ਨੂੰ ਅੱਲਾ ਕਰੇ ਇੱਦਾਂ ਹੀ ਪਿਆਰ ਬਣਿਆ ਰਹੇ ਜਿੰਨਾ ਪਿਆਰ ਮੈਨੂੰ ਮਿਲਿਆ ਹਰ ਇੱਕ ਆਦਮੀ ਜਿਹੜਾ ਇੱਥੋਂ ਜਾਏਗਾ ਅਵਸ਼ ਉਹਨੂੰ ਇੰਨਾ ਹੀ ਪਿਆਰ ਮਿਲੇਗਾ ਉਹ ਲੋਕਾਂ 'ਚ ਮੈਂ ਬਹੁਤ ਜਜ਼ਬਾ ਦੇਖਿਆ ਪਿਆਰ ਦਾ ਸਾਡੇ ਲੋਕਾਂ ਵਾਸਤੇ ਔਰ ਮੈਂ ਇਹ ਵੀ ਉਮੀਦ ਕਰਦਾ ਮੈਂ ਉੱਥੇ ਅਰਜ਼ ਕੀਤੀ ਸੀ ਕਿ ਮਿਲ ਲੈ ਕੋਈ ਸੇਵਾ ਕੋਈ ਆਉਣਾ ਚਾਹੇ ਹਜ਼ਰਤ ਜਿਹੜੇ ਨੇ ਗਰੀਬ ਨਵਾਜ ਅਜਮੇਰ ਵਾਲੇ ਉਹਨਾਂ 'ਚ ਆਓ ਅਤੇ ਮੈਂ ਤੁਹਾਨੂੰ ਜਿੱਥੇ ਆਖੋਗੇ ਆਪਣੇ ਰਿਸਕ 'ਤੇ ਤੁਹਾਨੂੰ ਘੁੰਮਾ ਕੇ ਵਿਖਾਵਾਂਗਾ ਸਭ ਕੁਝ ਅਤੇ ਤੁਸੀਂ ਪਲੀਜ਼ ਜੇ ਲੋੜ ਹੈ ਤਾਂ ਮੈਨੂੰ ਵਰਤੋਂ ਮੈਂ ਤੁਹਾਨੂੰ ਸਪਾਂਸਰ ਕਰਾਂਗਾ ਅਤੇ ਮੈਂ ਇੱਧਰ ਦੇ ਪੰਜਾਬ ਦੇ ਲੋਕਾਂ ਨੂੰ ਆਖਾਂਗਾ ਭਾਈ ਤੁਸੀਂ ਖੁੱਲ੍ਹਾ ਵੀਜ਼ਾ ਲੈ ਕੇ ਜਾਓ ਜਿਨ੍ਹਾਂ ਜਿਹਾਂ ਦੀ ਉੱਥੇ ਵਾਕਫੀਤ ਹੈ ਜਿਨ੍ਹਾਂ ਦੀ ਕੋਈ ਫੁਰਬਤੀ ਉੱਥੇ ਢਿੱਡ ਰਲਦੀ ਹੈ ਉਹ ਜਾਓ ਲੋਕ ਬੜਾ ਪਿਆਰ ਦਿੰਦੇ ਜੀ ਬਹੁਤ ਪਿਆਰ ਦਿੰਦੇ ਬੜੀ ਇੱਜ਼ਤ ਦਿੰਦੇ ਹੁੰਦਲ ਸਾਹਿਬ ਬਹੁਤ ਬਹੁਤ ਧੰਨਵਾਦ ਇੱਦਾਂ ਹੀ ਇੱਕ ਦਿਨ ਮੁਲਾਕਾਤ ਹੋਈ ਅਤੇ ਤੁਹਾਡੀ ਗੱਲ ਅੱਗੇ ਤੁਰੀ ਦੁਨੀਆ ਤੱਕ ਪਹੁੰਚੀ ਫਿਰ ਤੁਹਾਨੂੰ ਆਵਾਜ਼ ਮਾਰ ਲਈ ਤੁਹਾਡੀ ਮਿੱਟੀ ਨੇ ਅਤੇ ਮਿੱਟੀ ਤੋਂ ਤੁਸੀਂ ਮੁੜ ਕੇ ਜਦੋਂ ਆਏ ਹਾਂ ਉਹ ਮਹਿਕ ਨੂੰ ਅਸੀਂ ਮਹਿਸੂਸ ਕੀਤਾ ਉਹ ਮੁਹੱਬਤ ਥੋੜ੍ਹੀ ਜਿਹੀ ਅਸੀਂ ਵੀ ਮਹਿਸੂਸ ਕਰ ਰਹੇ ਹਾਂ